ਪਹਿਲਾਂ ਤਾਂ ਮੈਂ ਇੱਕ ਇਨਸਾਨ ਆ ਨਾ ਔਰਤ ਨਾ ਮਰਦ ਤੁਸੀਂ ਚੰਗੇ ਨੂੰ ਚੰਗਾ ਮਾੜੇ ਨੂੰ ਮਾੜਾ ਕਹਿੰਦੇ ਹੋ ਮੈਂ ਮੂੰਹ ਤੇ ਕਹਿੰਦੀ ਆ ਚਾਹੇ ਅਗਲੇ ਨੂੰ ਗੁੱਸਾ ਹੀ ਲੱਗੇ ਅਗਲੇ ਨੂੰ ਲੱਗਦਾ ਲੱਗੇ ਚਾਹੇ ਸਾਇਤਿਕ ਖੇਤਰ ਚ ਦੋਸਤੀਆਂ ਪਗਾਈਆਂ ਜਾਂਦੀਆਂ ਤੁਸੀਂ ਕਦੇ ਦੋਸਤੀ ਪਗਾਈ ਇਕੋ ਅੱਖ ਨਾਲ ਵੇਖਦੇ ਹਾਂ ਸਾਰਿਆਂ ਨੂੰ ਕਿਸੇ ਦੇ ਸਹਰਾਣੇ ਚਲੇ ਜੋ ਦੋ ਚਾਰ ਸਿਟਿੰਗਸ ਕਰੋ ਤੇ ਤੁਹਾਡੀ ਕਿਤਾਬ ਤੇ ਪ੍ਰੋਗਰਾਮ ਹੋ ਜਾਊਗਾ ਸਤਿ ਸ਼੍ਰੀਕਾਲ ਜੀ ਪ੍ਰੋਗਰਾਮ ਸਾਹਿਤਿਕ ਤੰਦਾਂ ਲੈ ਕੇ ਮੈਂ ਆਦਰ ਹਾਜ਼ਰ ਆਸ ਕਰਦਾ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਜ਼ਿੰਦਗੀ ਦੇ ਹਰ ਰੰਗ ਨੂੰ ਮਾਨ ਰਹੇ ਹੋਵੋਗੇ ਲੇਖਕ ਹੋਣਾ ਵੱਡੀ ਗੱਲ ਹੈ ਤੇ ਵਧੀਆ ਗੱਲ ਹੈ ਕਿਉਂਕਿ ਲੇਖਕ ਅਤੀਤ ਨੂੰ ਤੇ ਵਰਤਮਾਨ ਨੂੰ ਸਾਂਭਦਾ ਆਪਣੀਆਂ ਲਿਖਤਾਂ ਦੇ ਵਿੱਚ ਤੇ ਭਵਿੱਖ ਲਈ ਰਾਹ ਬਣਾਉਂਦਾ ਹੈ ਪਰ ਜਦੋਂ ਲੇਖਕ ਲੇਖਕ ਬਣਦਾ ਤਾਂ ਸਿਰਫ ਲੇਖਕ ਨਹੀਂ ਰਹਿੰਦਾ ਉਹਦੇ ਤੇ ਕਈ ਜ਼ਿੰਮੇਵਾਰੀਆਂ ਹੋਰ ਵੀ ਪੈ ਜਾਂਦੀਆਂ ਨੇ ਜਾਂ ਉਹਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਜਿਹਨੂੰ ਉਹ ਚੁੱਕਦਾ ਹੈ ਉਹ ਜ਼ਿੰਮੇਵਾਰੀਆਂ ਦੇ ਵਿੱਚ ਆਉਂਦਾ ਅ ਅਨੁਵਾਦ ਦਾ ਕੰਮ ਆਉਂਦਾ ਜਿਵੇਂ ਖੁਦ ਹੀ ਸਿਰਜਣਾ ਤਾਂ ਕਰਨੀ ਕਰਨੀ ਆ ਹੋਰ ਭਾਸ਼ਾ ਦੇ ਵਿੱਚ ਜਿਹੜਾ ਸਾਹਿਤ ਰਚਿਆ ਜਾ ਰਿਹਾ ਉਹਨੂੰ ਆਪਣੀ ਭਾਸ਼ਾ ਚ ਆਪਣੇ ਲੋਕਾਂ ਤੱਕ ਪਹੁੰਚਾਉਣਾ ਜਾਂ ਆਪਣੀ ਭਾਸ਼ਾ ਚ ਜਿਹੜੇ ਛਪੇ ਜਾ ਰਹੇ ਜਾਂ ਵਧੀਆ ਸਾਹਿਤ ਨੂੰ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਕਰਕੇ ਦੂਜੇ ਲੋਕਾਂ ਤੱਕ ਪਹੁੰਚਾਉਣਾ ਅਨੁਵਾਦ ਦਾ ਕੰਮ ਹੋ ਗਿਆ ਸੰਪਾਦਨਾ ਦਾ ਕੰਮ ਹੋ ਗਿਆ ਆਲੋਚਨਾ ਦਾ ਕੰਮ ਹੋ ਗਿਆ ਆਲੋਚਨਾ ਪੈਣੀ ਨਜ਼ਰ ਰੱਖਣੀ ਆਸੇ ਪਾਸੇ ਜੋ ਲਿਖਿਆ ਜਾ ਰਿਹਾ ਉਹ ਸਹੀ ਹੈ ਠੀਕ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਤੱਕ ਸਾਹਿਤ ਸਹੀ ਪਹੁੰਚ ਪਹੁੰਚ ਸਕੇ ਇਸ ਤੋਂ ਬਿਨਾ ਭਾਸ਼ਾ ਦੇ ਵਿਕਾਸ ਲਈ ਕਾਰਜ ਕਰਨੇ ਕਾਨਫਰੰਸਾਂ ਕਰਨੀਆਂ ਰਿਸਰਚ ਪੇਪਰ ਲਿਖਣੇ ਲੋਕਾਂ ਨੂੰ ਨਵੀਂ ਸੇਧ ਦੇਣੀ ਇਨ੍ਹਾਂ ਕਾਰਜਾਂ ਦੇ ਨਾਲ ਨਾਲ ਇਨਕਲਾਬ ਲਿਆਉਣ ਤੱਕ ਦਾ ਵੀ ਕਿ ਲੋ ਇੱਕ ਲੇਖਕ ਦਾ ਸਫ਼ਰ ਹੁੰਦਾ ਹੈ ਲੇਖਕ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਸਮਾਜ ਨੂੰ ਸਹੀ ਸੇਧ ਦੇਣ ਦੀਆਂ ਸੋ ਅੱਜ ਜਿਹੜੀ ਲੇਖਕਾ ਸਾਡੇ ਦਰਮਿਆਨ ਪਹੁੰਚੀ ਹੋਈ ਆ ਉਹਨਾਂ ਬਾਰੇ ਜੇ ਗੱਲ ਕਰਾਂ ਉਹਨਾਂ ਦੀ ਸ਼ਖਸੀਅਤ ਬਾਰੇ ਜੇ ਗੱਲ ਕਰਾਂ ਇੱਕ ਲੇਖਕ ਹੋਣ ਤੋਂ ਇਲਾਵਾ ਵੀ ਉਹਨਾਂ ਨੇ ਬਹੁਤ ਜ਼ਿੰਮੇਵਾਰੀਆਂ ਨੂੰ ਆਪਣੇ ਮੋਢਿਆਂ ਤੇ ਚੁੱਕਿਆ ਤੇ ਇਹੋ ਜਿਹਾ ਉਹਨੇ ਆਪਣੀ ਜ਼ਿੰਦਗੀ ਚ ਕੰਮ ਕਰਿਆ ਕਿ ਦੂਜਿਆਂ ਲਈ ਸਾਰਿਆਂ ਲਈ ਮਿਸਾਲ ਹੈ ਉਹਨਾਂ ਦਾ ਨਾਮ ਉਹਨਾਂ ਨੇ ਆਪਣੀਆਂ ਕਿਤਾਬਾਂ ਦੇ ਲੇਖਣ ਦੀ ਗੱਲ ਕਰਾਂ ਤਾਂ ਹੁਣ ਤੱਕ 35 ਕਿਤਾਬਾਂ ਜਿਦੇ ਵਿੱਚੋਂ 10 ਕਵਿਤਾਵਾਂ ਦੀਆਂ 2 ਕਹਾਣੀ ਦੀਆਂ ਅਨੁਵਾਦ ਦੀਆਂ 11-12 ਕਿਤਾਬਾਂ ਤੇ ਸੰਪਾਦਨਾ ਦੀਆਂ 5 ਕਿਤਾਬਾਂ ਇਸ ਤੋਂ ਇਲਾਵਾ ਅਖਬਾਰਾਂ ਤੇ ਰਸਾਲਿਆਂ ਦੇ ਵਿੱਚ ਉਹਨਾਂ ਦੇ ਆਰਟੀਕਲ ਬਹੁਤ ਛਪੇ ਨੇ ਪ੍ਰਿੰਸੀਪਲ ਕਾਲਜ ਦੇ ਵਿੱਚ ਬਤੌਰ ਪ੍ਰਿੰਸੀਪਲ ਉਹ ਸਿਵਾਮਾਂ ਨਿਭਾ ਚੁੱਕੇ ਨੇ ਸਾਹਿਤ ਅਕੈਡਮੀ ਦੇ ਚੇਅਰਪਰਸਨ ਨੇ ਦੋ ਵਾਰੀ ਬਣੇ ਨੇ ਮੌਜੂਦਾ ਚੇਅਰਪਰਸਨ ਵੀ ਨੇ ਤੇ ਉਹਨਾਂ ਦੇ ਜੇ ਪਰਿਵਾਰ ਦੀ ਗੱਲ ਕਰਾਂ ਤਾਂ ਗੁਰਦਾਸਪੁਰ ਮਾਝੇ ਦੀ ਪੁੱਠ ਲੱਗਦੀ ਆ ਰਾਇਕੋਟ ਦੀ ਜੰਮੀ ਮਾਪਿਆਂ ਦੀ ਕਹ ਲੋ ਪਲੇਠੀ ਤੀ ਜਿਹਦਾ ਜਿਹਦੇ ਜਿਹਦਾ ਦਾਦਾ ਆਜ਼ਾਦੀ ਕੁਹਾਟੀਆ ਸੀ ਦਾਦੇ ਦਾ ਖੁੰਡਾ ਕਚੈਰੀ ਚ ਬੋਲਦਾ ਸੀ ਮਾਪਿਓ ਦਾ ਕਲਪ ਵਿਆਹ ਵੀ ਜੇਲ੍ਹ ਦੇ ਵਿੱਚ ਹੀ ਤੈਅ ਹੋਇਆ ਬੜੀਆਂ ਇੰਟਰਸਟਿੰਗ ਗੱਲਾਂ ਨੇ ਉਹਨਾਂ ਦੀ ਲਾਈਫ ਬਾਰੇ ਉਹਨਾਂ ਦੀ ਜ਼ਿੰਦਗੀ ਬਾਰੇ ਜਿਹੜਾ ਆਪਾਂ ਜਾਣਣਾ ਹੈ ਤੇ ਕੀ ਕਾਰਜ ਉਹ ਕਰ ਰਹੇ ਨੇ ਅੱਜਕੱਲ੍ਹ ਸਾਹਿਤ ਦੇ ਖੇਤਰ ਦੇ ਵਿੱਚ ਉਹ ਵੀ ਜਾਣਾਂਗੇ ਉਨਾਂ ਲਈ ਦੋ ਲੈਣਾ ਮੈਂ ਬੋਲਦਿਆਂ ਉਹ ਔਰਤ ਮਨ ਦੇ ਸੂਖਮ ਔਰਤ ਮਨ ਦੇ ਔਰਤ ਮਨ ਦੀਆਂ ਸੂਖਮ ਪਰਤਾਂ ਨੂੰ ਫੋਲਦੀ ਹੈ। ਅਹਿਸਾਸਾਂ ਨੂੰ ਅਖਰਾਂ ਚ ਟੋਲਦੀ ਹੈ। ਧੁਨ ਦੀ ਪੱਕੀ ਰਤਾਂ ਨਾਲ ਡੋਲਦੀ ਹੈ। ਸਹਿਜ ਸਲੀਕਾ ਝਲਕਦਾ ਹੈ ਜਿਹਦੇ ਅੰਦਾਜ਼ੇ ਬਿਆਹ ਵਿੱਚ ਸਭ ਖੜ ਕੇ ਸੁਣਦੇ ਨੇ ਜਦੋਂ ਬੋਲਦੀ ਐ ਸਵਾਗਤ ਹੈ ਮੈਮ ਡਾਕਟਰ ਸਰਜੀਤ ਕਾਲ ਸੋਹਲ ਜੀ ਬਹੁਤ ਸ਼ੁਕਰੀਆ ਆਦਰ ਬਹੁਤ ਸੋਹੜੇ ਤੁਸੀਂ ਮੇਰੀ ਇੰਟਰੋਡਕਸ਼ਨ ਦਿੱਤੀ ਹੈ ਮਿਹਰਬਾਨੀ ਮੈਮ ਬੜਾ ਬੜੇ ਸਮੇਂ ਦਾ ਸੋਚਿਆ ਸੀ ਕਿ ਤੁਹਾਨੂੰ ਬੁਲਾਉਣਾ ਪਰ ਇੱਕ ਨਾ ਖੁਦ ਰੋ ਵੀ ਕੰਫੀਡੈਂਸ ਲਿਆਉਣਾ ਪੈਂਦਾ ਜਦੋਂ ਤੁਹਾਡੇ ਵਰਗੀ ਸ਼ਖਸੀਅਤ ਦੇ ਸਾਹਮਣੇ ਬੈਠ ਕੇ ਸਵਾਲ ਜਵਾਬ ਕਰਨੇ ਹੁੰਦੇ ਨੇ ਨਹੀਂ ਮੈਨੂੰ ਚੰਗਾ ਲੱਗ ਰਿਹਾ ਤੁਹਾਡੇ ਨਾਲ ਗੱਲਾਂ ਕਰਨੀਆਂ ਅੱਜ ਆਪਾਂ ਸੋਹਣੀਆਂ ਗੱਲਾਂ ਕਰਦੇ ਆ ਜੀ ਬੜਾ ਕੋ ਜੇ ਤੁਹਾਡੀ ਬਾਰੇ ਜਾਣਨਾ ਮੈਂ ਤੁਹਾਡੀ ਲਿਖਤਾਂ ਬਾਰੇ ਕਾਰਜਵਾਰੀ ਕਾਫੀ ਕੁਝ ਦੱਸਤਾ ਜਿੰਨਾ ਕਿ ਮੈਂ ਜਾਣਿਆ ਸੀਗਾ ਹਨਾ ਪਰ ਇੱਕ ਮੇਰੇ ਨਾਲ ਬੜਾ ਕਾਮਨ ਸਵਾਲ ਹੁੰਦਾ ਸਾਰਿਆਂ ਨੂੰ ਮੈਂ ਪੁੱਛਦਾ ਉਹ ਪਰ ਉਹ ਸਵਾਲ ਆਪਣੇ ਆਪ ਦੇ ਵਿੱਚ ਨਾ ਮੁਕੰਮਲ ਆ ਹੂੰ 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 ਉਹਦਾ ਜਵਾਬ ਮੈਂ ਤੁਹਾਡੇ ਤੋਂ ਲੈਣਾ ਹੈਗਾ ਵੀ ਮੈਂ ਤੁਹਾਡੇ ਬਾਰੇ ਦੱਸਤਾ ਹੂੰ ਹੂੰ ਵੀ ਸਰਜੀਤ ਕੌਰ ਸੋਹਲ ਇਹ ਨੇ ਇੱਥੇ ਜੰਮੇ ਨੇ ਇਹ ਕਿਤਾਬਾਂ ਨੇ ਇਹ ਕਾਰਜ ਕਰਿਆ ਉਹਨਾਂ ਨੇ ਹੋਰ ਵੀ ਜਾਣਾਂਗੇ ਪਰ ਮੈਂ ਤੁਹਾਡੇ ਮੂੰਹੋਂ ਸਟਾਰਟਿੰਗ 'ਚ ਮੈਂ ਸੁਣਨਾ ਚਾਹਣਾ ਸਾਬਿਤ ਕਰਸੋ ਹੁਲ ਕਾਣਾ ਮੈਂ ਕਾਣਾ ਐ ਤੇ ਬੁੱਲਾ ਕੀ ਜਾਣਾ ਮੈਂ ਕਾਣਾ ਮੈਂ ਨਾਮ ਤੁਸੀਂ ਮੇਰਾ ਦੱਸਿਆ ਹੈਗਾ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਇਨਸਾਨ ਆ ਨਾ ਔਰਤ ਨਾ ਮਰਦ ਹੈ ਨਾ ਆਪਣੇ ਆਪ ਚ ਪੂਰਨ ਤਾਂ ਨਹੀਂ ਹੁੰਦਾ ਕੋਈ ਵੀ ਪਰ ਮੈਂ ਸਭ ਤੋਂ ਪਹਿਲਾ ਇੱਕ ਇਨਸਾਨ ਆ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਜਿਹੜੀਆਂ ਔਰਤ ਮਰਦ ਦੇ ਵਖਰੇਵੇਂ ਆ ਨਾ ਉਹ ਕੁਝ ਹੱਦ ਤੱਕ ਠੀਕ ਆ ਸਰੀਰਕ ਤੌਰ ਤੇ ਜਾਂ ਕੁਝ ਇਦਾਂ ਦੀਆਂ ਪਰ ਉਹਨੂੰ ਇਨਸਾਨ ਬਣ ਕੇ ਵਿਚਰਨਾ ਜ਼ਿਆਦਾ ਚੰਗਾ ਹੈਗਾ ਜੀ ਸੋ ਇਹ ਇਹ ਗੱਲਾਂ ਮੇਰੀ ਲੇਖਣੀ ਦੇ ਵਿੱਚ ਵੀ ਨੇ ਸੋ ਮੈਂ ਇੱਕ ਮਾਂ ਆ ਸਭ ਤੋਂ ਵੱਧ ਮੈਨੂੰ ਤਾਂ ਕਈ ਕਈ ਵਾਰੀ ਇਹ ਵੀ ਲੱਗਦਾ ਹੁੰਦਾ ਕਿ ਮੈਂ ਕੁਦਰਤ ਦੀ ਵੀ ਮਾਂ ਆ ਮੈਂ ਸਭ ਦੀ ਮਾਂ ਆ ਕਿਉਂਕਿ ਮਾਂ ਪੂਣਾ ਮੇਰੇ 'ਚ ਜ਼ਿਆਦਾ ਆ ਤੇ ਆਦਤ ਆ ਮੈਨੂੰ ਹਰੇਕ ਨੂੰ ਬੱਚੇ ਰਾਜੇ بیٹے ਇਦਾਂ ਕਰਕੇ ਬੁਲਾਉਣ ਦੀ ਤਾਂ ਕਿਉਂਕਿ ਵਿਦਿਆਰਥੀ ਆ ਉਹਨਾਂ ਦੀ ਮੈਂ ਮਾਂ ਆ ਆਪਣੇ ਬੱਚੇ ਮੇਰੇ ਦੋ ਬੇਟੇ ਆ ਮੈਨੂੰ ਹੀ ਲੱਗਦਾ ਜਿਹੜਾ ਮਾਂ ਹੋਣਾ ਨਾ ਇਹ ਇਹ ਮਾਂ ਦੇ ਅਹਿਸਾਸ ਨੂੰ ਮਹਿਸੂਸ ਕਰਨਾ ਸੰਵੇਦਨਾ ਦਾ ਸਿਖਰ ਆ ਹਾਂ ਇਹ ਵੀ ਇਹਨੂੰ ਵੀ ਤੁਸੀਂ ਕਹਿ ਸਕਦੇ ਹੋ ਫੇਰ ਮੈਂ ਪ੍ਰਿੰਸੀਪਲ ਰਹੀ ਆ ਮੈਂ ਐਨਐਸਐਸ ਦੇ ਵਿੱਚ ਵੀ ਕੰਮ ਕੀਤਾ ਤੇ ਮੈਂ ਇੱਕ ਪਤਨੀ ਵੀ ਆ ਜੀ ਬਹੁਤ ਸਾਰੇ ਮੇਰੇ ਮੇਰਾ ਸੋਸ਼ਲ ਸਰਕਲ ਆ ਲੇਖਕ ਆ ਤੇ ਹੋਰ ਪਤਾ ਨਹੀਂ ਕੀ ਕੀਆ ਪਰ ਮੈਂ ਇੱਕ ਸੱਚੀ ਮੁੱਸੀ ਦੱਸਾਂ ਵੇਖਣ ਤੋਂ ਤਾਂ ਲੱਗਦਾ ਹੋਣਾ ਕਿ ਬੜੀ ਬੋਲਡ ਤੇ ਇਦਾਂ ਮੈਂ ਸੰਗਾਉ ਵੀ ਆ ਤੇ ਜਦੋਂ ਮੇਰੀ ਕੋਈ ਤਾਰੀਫ ਕਰਦਾ ਮੇਨੂੰ ਸੰਗ ਆਉਂਦੀ ਆ ਮਤਲਬ ਮੈਂ ਮਤਲਬ ਮੈਂ ਮੈਂ ਹੀ ਆ ਐਸੇ ਤਾਰੀਫ ਵੀ ਸੁਣ ਤੇ ਥੋੜਾ ਜਿਹਾ ਸੰਗ ਆਉਂਦੀ ਆ ਹਾਂ ਸੰਗਾ ਤੇ ਤੁਹਾਡੇ ਬਾਰੇ ਬੜਾ ਕੁਝ ਜਾਣਨਾ ਜੀ ਬੜਾ ਕੁਝ ਮੈਂ ਮੈਂ ਦੱਸਿਆ ਵੀ ਹੋਇਆ ਆਲਰੇਡੀ ਆ ਜਿਹੜੀ ਸਿਰਜਣਾ ਦੀ ਜਿਵੇਂ ਗੱਲ ਕਰਾਂ ਤੁਹਾਡੀ ਜਿਹੜੀ ਸਿਰਜਣਾ ਉਹ ਸਹਜਤਾ ਚੋਂ ਨਿਕਲਦੀ ਆ ਜਾਂ ਸਾਧਨਾ ਹਮ ਸਹਜਤਾ ਸਹਜਤਾ ਪਹਿਲਾਂ ਆ ਸਾਧਨਾ ਤਾਂ ਮੈਨੂੰ ਲੱਗਦਾ ਜਿਹੜਾ ਜਿਹੜਾ ਤੁਹਾਡਾ ਕ੍ਰੀਏਟਿਵ ਲਿਖਣਾ ਨਾ ਸਿਰਜਣਾ ਤਾਂ ਤੁਸੀਂ ਜੋ ਕੁਝ ਪੜਦੇ ਲਿਖਦੇ ਆ ਜੋ ਕੁਝ ਤੁਸੀਂ ਹੁੰਦੇ ਹੋ ਜੋ ਤੁਹਾਡੇ ਅੰਦਰ ਖਮੀਰ ਪਿਆ ਤੇ ਉਸ ਖਮੀਰ ਦੇ ਵਿੱਚ ਜਦੋਂ ਤੁਸੀਂ ਕੋਈ ਬੀਜ ਸਿੱਟਦੇ ਆ ਤਾਂ ਉਹ ਤੁਹਾਡੀ ਅੰਦਰਲੀ ਜਰਖੇਸਤਾ ਆ ਜਿਨੇ ਕੁਛ ਰੁੱਖ ਲਗਾਉਣਾ ਜਾਂ ਰੁੱਖ ਨੂੰ ਵੱਡਾ ਕਰਨਾ ਉਹ ਉਸੇ ਤਰ੍ਹਾਂ ਦੀ ਸਿਰਜਣਾ ਆ ਮਤਲਬ ਤੁਹਾਡਾ ਆਲਦ ਵਾਲਾ ਤੁਸੀਂ ਜੋ ਹੋ ਜੋ ਤੁਹਾਡੇ ਸੰਸਕਾਰ ਆ ਜੋ ਤੁਹਾਨੂੰ ਮਿਲੇ ਆ ਜੀਨਸ ਦੇ ਵਿੱਚ ਵੀ ਜਾਂ ਜੋ ਮਾਪਿਆਂ ਦਾ ਬਹੁਤ ਪ੍ਰਭਾਵ ਹੁੰਦਾ ਇਹਨਾਂ ਚੀਜ਼ਾਂ ਤੇ ਸੋ ਫਿਰ ਉਸ ਸਭ ਕਾਸੇ ਨੂੰ ਰੜਾ ਮੜਾ ਕੇ ਜੋ ਬੰਦਾ ਬਣਦਾ ਫਿਰ ਉਹ ਸਿਰ ਜਣਾਇਆ ਪਰ ਉਹ ਸਹਿਜ ਆ ਤੁਸੀਂ ਜ਼ੋਰ ਲਾ ਕੇ ਨਹੀਂ ਲਿਖ ਸਕਦੇ ਜੀ ਤੁਸੀਂ ਜਿੱਦਾਂ ਮੈਂ ਇਹਨੂੰ ਕਈ ਵਾਰੀ ਕੋਈ ਕਹਾਣੀ ਜਾਂ ਕਵਿਤਾ ਕਵਿਤਾ ਤਾਂ ਇੱਕਦਮ ਫੁਰਦੀ ਆ ਉਹਦੇ ਚ ਤਾਂ ਕੋਈ ਤੁਹਾਨੂੰ ਬਿਲਕੁਲ ਹੀ ਨਹੀਂ ਤੁਸੀਂ ਕਹੋ ਮੈਂ ਕਾਪੀ ਪੈਨ ਲੈ ਕੇ ਬੈਠੀ ਆ ਤੇ ਮੈਂ ਸੋਚ ਕੇ ਕਵਿਤਾ ਲਿਖ ਰਹੀ ਨਾ ਕੋਈ ਖਿਆਲ ਕਿਉਂਕਿ ਉਹ ਤਾਂ ਖਿਆਲ ਆ ਤੇ ਖਿਆਲ ਕਦੋਂ ਆਉਣਾ ਤੁਹਾਨੂੰ ਨਹੀਂ ਪਤਾ ਤੁਹਾਨੂੰ ਆਉਂਦੇ ਜਾਂਦੇ ਰਾਹ ਰਸਤਿਆਂ ਦੇ ਵਿੱਚ ਵੀ ਔੜ ਜਾਂਦੀ ਹੋਣੀ ਹੈ ਕਵਿਤਾ ਬਹੁਤ ਬarro ਲਿਖੀਆਂ ਨਹੀਂ ਜਾਂਦੀਆਂ ਕਈ ਵਾਰੀ ਉਹ ਇਗਨੋਰ ਹੋ ਜਾਂਦੀਆਂ ਜਦੋਂ ਕਾਰ ਚਲਾਉਂਦੇ ਆ ਤੁਸੀਂ ਲਿਖ ਨਹੀਂ ਸਕਦੇ ਕਦੇ ਇਦਾਂ ਹੋਇਆ ਵੀ ਜਦੋਂ ਤੁਸੀਂ ਕੋਈ ਖਿਆਲ ਤੁਹਾਡੇ ਦੇ ਹੱਥੋਂ ਛੁੱਟ ਜੇ ਹੂੰ ਮੁੜ ਕੇ ਤੁਸੀਂ ਦੁਬਾਰਾ ਕੋਸ਼ਿਸ਼ ਕਰੋ ਉਹਨੂੰ ਝਰੀਟਣ ਦੀ ਪਰਨਾ ਚਰੀਟਿਆ ਗਿਆ ਹੋਵੇ ਨਹੀਂ ਪਰ ਮੈਂ ਮੈਨੂੰ ਐ ਲੱਗਦਾ ਹੁੰਦਾ ਕਿ ਜਿਹੜਾ ਯੂਨੀਵਰਸ ਆ ਨਾ ਉਹਦੇ ਤੇ ਤੇ ਉਹ ਕਵਿਤਾ ਲਿਖੀ ਗਈ ਮੇਰੇ ਮਨ ਚ ਸੋਚ ਹੀ ਗਈ ਖਿਆਲ ਆਇਆ ਤੇ ਯੂਨੀਵਰਸ ਤੇ ਤਾਂ ਚਲੀ ਗਈ ਨਾ ਸੋ ਜ਼ਰੂਰੀ ਨਹੀਂ ਕਿ ਉਹ ਕਾਗਜ਼ ਤੇ ਵੀ ਉਤਰੇ ਸੋ ਬੜੀਆਂ ਸਾਰੀਆਂ ਕਵਿਤਾਵਾਂ ਜਿਹੜੀਆਂ ਅਸੀਂ ਆਪਣੀ ਮਨ ਦੀ ਧਰਤੀ ਤੇ ਲਿਖ ਲੈਣੇ ਆ ਸੋ ਉਹਨੂੰ ਮੈਂ ਇਦਾਂ ਸੋਚ ਲਈ ਕਾਗਜ਼ ਤੇ ਨਹੀਂ ਉਤਰਦੀ ਹਾਂ ਕਾਗਜ਼ ਤੇ ਨਹੀਂ اچھا ਤੁਹਾਡੇ ਬਾਰੇ ਨਾ ਮੈਂ ਇੱਕ ਗੱਲ ਸੁਣੀ ਆ ਕਹਿੰਦੇ ਲਾਕਡਾਊਨ ਦੇ ਵਿੱਚ ਹੀ ਤੁਸੀਂ ਕਈ ਕਿਤਾਬਾਂ ਲਿਖਤੀਆਂ ਤੁਹਾਡੀਆਂ ਹੁਣ ਰੀਸੈਂਟਲੀ 4-5 ਕਿਤਾਬਾਂ ਆਈਆਂ ਨੇ ਹਾਂਜੀ ਬਸ ਉਦੋਂ ਕੁਝ ਸਮਾਂ ਸੀ ਆਪਣੇ ਆਪ ਨਾਲ ਰਹਿਣ ਦਾ ਮੌਕਾ ਮਿਲਿਆ ਜ਼ਿੰਦਗੀ 'ਚ ਜਿਆਦਾ ਸਹਜਤਾ ਆ ਗਈ ਸੀ ਨਹੀਂ ਇਹ ਵੀ ਨਹੀਂ ਹੈ ਮਤਲਬ ਉਹ ਜਿਹੜਾ ਸਮਾਂ ਸੀ ਨਾ ਪਰਿਵਾਰਕ ਨੂੰ ਪਰਿਵਾਰ ਦੇ ਵਿੱਚ ਬਹਿ ਕੇ ਮੰਨਣ ਵਾਲਾ ਸੀ ਕੁਦਰਤ ਨਾਲ ਸੰਵਾਦ ਰਚਾਉਣ ਵਾਲਾ ਸੀ ਨਿਝ ਨਾਲ ਜੁੜਨ ਵਾਲਾ ਸੀ ਨਿਝ ਨਾਲ ਜੁੜਨ ਵਾਲਾ ਸੀ ਸੋ ਉਸ ਵੇਲੇ ਜਿਹੜਾ ਇਹ ਸਮਾਸੀ ਮੈਨੂੰ ਚੰਗਾ ਲੱਗਾ ਤੇ ਅਸੀਂ ਪ੍ਰੋਗਰਾਮ ਵੀ ਕੀਤੇ ਪੰਜਾਬ ਸਾਹਿਤ ਅਕੈਡਮੀ ਵੱਲੋਂ ਆਨਲਾਈਨ ਪ੍ਰੋਗਰਾਮ ਕੀਤੇ ਪਰ ਇਹ ਵੀ ਚਲੋ ਉਦੋਂ ਲਿਖੀ ਗਏ ਲਿਖੀ ਗਏ ਤੇ ਕਈ ਵਾਰੀ ਮੈਂ ਆਲਸੀ ਵੀ ਆ ਬੀ ਕਿਤਾਬਾਂ ਤਿੰਨ ਹੋ ਗਈਆਂ ਕਵਿਤਾਦੀਆਂ ਤੇ ਫਿਰ ਮੈਂ ਅਜੇ ਵੀ ਦੋ ਹੀ ਛਪਵਾਈਆਂ ਤੇ ਫਿਰ ਦੋ ਅਨੁਵਾਦ ਕੀਤੇ ਪਰ ਤੁਹਾਡੇ ਜਿਹੜਾ ਤੁਸੀਂ ਕਾਰਜ ਕਰ ਰਹੇ ਹੋ ਜਾਂ ਤੁਸੀਂ ਅੱਗੇ ਲੱਗ ਕੇ ਕਹ ਲੋ ਵੀ ਲੀਡਰਸ਼ਿਪ ਕੁਆਲਿਟੀ ਆ ਤੁਹਾਡੇ ਚ ਉਦੇ ਤੋਂ ਤਾਂ ਲੱਗਦਾ ਵੀ ਤੁਸੀਂ ਨਹੀਂ ਆਲਸੀ ਨਹੀਂ ਹੈਗੇ ਨਹੀਂ ਥੋੜਾ ਜਿਹਾ ਕਿਤਾਬ ਦੇ ਮਾਮਲੇ 'ਚ ਤਾਂ ਤੁਹਾਨੂੰ ਇਹ ਇਹਨੂੰ ਟਾਈਮ ਦੇਣਾ ਬਣਦਾ ਅੱਛਾ ਖੁਦ ਦੇ ਕੰਮ ਨੂੰ ਮਤਲਬ ਪਿੱਛੇ ਛੱਡਦੇ ਨੇ ਤੁਸੀਂ ਕੁਦਰਤੀ ਆਉਨੇ ਪਿੱਛੇ ਪੈਣਾ ਹੀ ਆ ਨਾ ਜੇ ਤੁਸੀਂ ਆਪਣੇ ਨਾਲ ਨਹੀਂ ਜੁੜੇ ਲਿਖਤ ਦੇ ਤਾਂ ਤੁਸੀਂ ਉਦੋਂ ਜਦੋਂ ਸਵੈ ਨਾਲ ਜੋੜਦੇ ਹੋ ਜਦੋਂ ਸਾਰੇ ਕਮਾਂਕਾਰਾਂ ਤੋਂ ਝੰਜਟਾਂ ਤੋਂ ਵਿਹਲੇ ਹੋਗੇ ਤੁਸੀਂ ਆਪਦੇ ਘਰੇ ਆਪਦੇ ਖੁੰਝੇ 'ਚ ਬੈਠਦੇ ਹੋ ਬੈੱਡ ਦੀ ਉਸ ਨੁੱਕਰ ਤੇ ਬੈਠਦੇ ਹੋ ਜਿੱਥੇ ਤੁਹਾਡੀਆਂ ਕਿਤਾਬਾਂ ਮੰਨ ਲਈਏ ਵੀ ਸਰਜੀਤ ਕੌਰ ਸੋਹਲ ਨੂੰ ਖੁਦ ਲਈ ਟਾਈਮ ਖੁਦ ਦੇ ਲੇਖਣ ਸਿਰਜਣ ਲਈ ਘੱਟ ਮਿਲਦਾ ਰੋਜ਼ੀ ਮੈਂ ਕਰ ਇਹ ਤਾਂ ਹੈ ਕਿਉਂਕਿ ਮੈਂ ਸਕੂਲ ਦੇ ਪ੍ਰਿੰਸੀਪਲ ਵਜੋਂ ਫਿਰ ਰਾਇਲ ਕਾਲਜ ਰਾਇਲ ਸਕੂਲ ਤਿੰਨ ਤਾਂ ਸੰਸਥਾਵਾਂ ਹੀ ਨੇ ਜਿਹੜੀਆਂ ਮੈਨੂੰ ਵੇਖਣੀਆਂ ਪੈਂਦੀਆਂ ਨੇ ਹੁਣ ਤਾਂ ਖੈਰ ਬੇਟਾ ਵੇਖਦਾ ਪਰ ਫਿਰ ਵੀ ਉੱਥੇ ਪਲਾਂਟੇਸ਼ਨ ਕਰਾਉਣੀ ਫੁੱਲ ਬੂਟੇ ਉਹ ਸਾਰਾ ਕੁਝ ਮੈਨੂੰ ਚੰਗਾ ਲੱਗਦਾ ਮੈਂ ਨਾ ਮੈਂ ਤੁਹਾਡੀ ਸ਼ਖਸੀਅਤ ਬਾਰੇ ਇਹ ਚੀਜ਼ਾਂ ਇਹ ਪੱਖ ਵੀ ਸਾਹਮਣੇ ਲਿਆਉਂਗਾ ਕਿ ਕੁਦਰਤ ਨਾਲ ਕਿੰਨਾ ਮੋਹ ਪਿਆਰਾ ਤੁਹਾਨੂੰ ਸਹਿਦੀ ਤੰਦ ਪਈ ਹੋਈ ਹੈ ਮੈਮ ਡਾਕਟਰ ਸਰਬਜੀਤ ਕੌਰ ਸੋਹਲ ਹੋਰਾਂ ਦੇ ਨਾਲ ਜਿਹੜਾ ਨਾਂ ਅੱਗੇ ਡਾਕਟਰ ਲੱਗਦਾ ਤੁਹਾਡੇ ਹਨਾ ਤੁਹਾਡੇ ਹਸਬੰਦ ਦੇ ਨਾਂ ਅੱਗੇ ਵੀ ਡਾਕਟਰ ਲੱਗਣ ਲਾਤਾ ਤੁਸੀਂ ਠੀਕ ਹੈ ਜਿਹੜਾ ਇਹ ਤੁਸੀਂ ਨਾਲ-ਨਾਲ ਪੜਨ ਵਾਲੀ ਜਿਹੜੀ ਕਹ ਲੋ ਵੀ ਤੁਹਾਡੀ ਰੀਤ ਆਏ ਕਾਫੀ ਪੁਰਾਣੀ ਚੱਲੀ ਆ ਰਹੀ ਹੈ ਜਿਵੇਂ ਤੁਹਾਡੇ ਫਾਦਰ ਸਾਹਿਬ ਤੁਸੀਂ ਤੁਹਾਡੇ ਹਸਬੰਦ ਹਾਂਜੀ ਮੈਂ ਜਦੋਂ 8ਵੀਂ ਚ ਸੀ ਮੇਰੇ ਫਾਦਰ ਸਾਹਿਬ ਉਹ ਦੋ ਐਮਏ ਪੰਜਾਬੀ ਕਰਦੇ ਸੀ ਤਾਂ ਉਹ ਜਦੋਂ ਘਰ ਦੇ ਵਿੱਚ ਕਿਤਾਬਾਂ ਆਉਂਦੀਆਂ ਸੀ ਸਾਹਿਤਕ ਤਾਂ ਫਿਰ ਮੈਂ ਉਹ ਮੈਨੂੰ ਬੜਾ ਚੰਗੀਆਂ ਲੱਗਦੀਆਂ ਸੀ ਪੜ੍ਹਨਾ ਚੰਗਾ ਲੱਗਦਾ ਸੀ ਫਿਰ ਮੈਂ ਉਹ ਕਿਤਾਬਾਂ ਪੜ੍ਹੀਆਂ ਫਿਰ ਜੀਐਨਡੀਯੂ ਦੇ ਵਿੱਚੋਂ ਲਾਇਬ੍ਰੇਰੀ ਚੋਂ ਕਿਤਾਬਾਂ ਮੰਗਵਾ ਲਈਆਂ ਪੜ੍ਹ ਲਈਆਂ ਵਾਪਸ ਕਰਤੀਆਂ ਤਾਂ ਉਦੋਂ ਮੈਨੂੰ ਚੇਟਕ ਲੱਗੀ ਪੜ੍ਹਨ ਦੀ ਸਾਹਿਤਕ ਖੇਤਰ 'ਚ ਪਹਿਲਾ ਪ੍ਰਭਾਵ ਕੀ ਦਾ ਕਬੂਲਿਆ ਸੀ ਮੈਂ ਉਦੋਂ ਜਿਵੇਂ ਹੁੰਦਾ ਸੀ ਨਾਨਕ ਸਿੰਘ ਬੜਾ ਚੰਗਾ ਲੱਗਦਾ ਹੁੰਦਾ ਸੀ ਉਹਨਾਂ ਦੀਆਂ ਜਿਹੜੀਆਂ ਸਮਾਜਿਕ ਸਰਵਕਾਰਾਂ ਦੀਆਂ ਗੱਲਾਂ ਨੇ ਤਾਂ ਉਹ ਮੈਨੂੰ ਲੱਗਦਾ ਕਿ ਚੰਗੇ ਸਮਾਜ ਦੀ ਸਿਰਜਣਾ ਹੋਣੀ ਚਾਹੀਦੀ ਹੈ ਵੀ ਜਿੱਥੇ ਅਸੀਂ ਰਹਿੰਨੇ ਆ ਉਹ ਲਿਵੇਬਲ ਹੋਣਾ ਚਾਹੀਦਾ ਰਹਿਣ ਯੋਗ ਮਤਲਬ ਕਹਿੰਦੇ ਨਾਨਕ ਸਿੰਘ ਦਾ ਨਾਵਲ ਪੜ੍ਹ ਕੇ ਤੁਸੀਂ ਕਿਹਾ ਸੀ ਮੈਂ ਖੇਤੀ ਕਰਾਂ ਕਿ ਮੈਂ ਵੀ ਕਰਾਇਆ ਕਰੂੰ ਕੰਮ ਮੈਂ ਹਾਂ ਜੀ ਉਹ ਜਿਵੇਂ ਲੱਗਦਾ ਹੁੰਦਾ ਵੀ ਔਰਤਾਂ ਨੂੰ ਵੀ ਪੂਰਾ ਤਾਂ ਮੈਂ ਆਪਣੇ ਮਾਮਾ ਜੀ ਦੀ ਕਿਉਂਕਿ ਪਲੇਠੀ ਸਾਹ ਨਾਨਕਿਆਂ ਚ ਤਾਂ ਮਾਮਾ ਜੀ ਨੂੰ ਮੈਂ ਕਹਿੰਦੇ ਦ ਸੀ ਮੈਂ ਮੈਂ ਵੀ ਟਰੈਕਟਰ ਤੇ ਚਲਾਉਂਗੀ ਮੈਂ ਵੀ ਖੇਤੀ ਕਰਾਉਂਗੀ ਤੁਹਾਡੇ ਨਾਲ ਵੀ ਮੈਂ ਕਰੂੰਗੀ ਆਹ ਸੋ ਜਿਹੜਾ ਪਲੇਠੀ ਹੋਣ ਦਾ ਇੱਕ ਤੁਹਾਡੇ ਸੁਭਾਅ 'ਚ ਵੀ ਆ ਗਿਆ ਵੀ ਤੁਸੀਂ ਜਿੱਥੇ ਇੱਕ ਲੀਡਰਸ਼ਿਪ ਕੁਆਲਿਟੀ ਨਹੀਂ ਆ ਜਾਂਦੀ ਤੁਹਾਡੇ 'ਚ ਤੁਸੀਂ ਵੱਡੇ ਹੋ ਜਿਵੇਂ ਘਰ 'ਚ ਵੱਡੇ ਵੱਡਾ ਜਵਾਬ ਹੁੰਦਾ ਬੱਚਾ ਹੁੰਦਾ ਕੁਦਰਤੀ ਆ ਦੇਖੋ ਜਦੋਂ ਮਾਪਿਓ ਸਾਰੀ ਗੱਲ ਤੁਹਾਨੂੰ ਪੁੱਛਦੇ ਵੱਡੇ ਨੂੰ ਵੀ ਪੁੱਛਦੇ ਆ ਤੇ ਵੱਡੇ ਦੀ ਜ਼ਿੰਮੇਵਾਰੀ ਵੀ ਵੱਜ ਜਾਂਦੀ ਆ ਤਾਂ ਫੇਰ ਕਈ ਵਾਰੀ ਮੈਂ ਆਪਣੀ ਛੋਟੀ ਭੈਣ ਨੂੰ ਵੀ ਮਾਵਾ-ਵਾਵਾਂ ਵਾਂਗੂ ਛੋਟੇ ਭਰਾ ਨੂੰ ਵੀ ਮਾਵਾ-ਵਾਵਾਂ ਵਾਂਗੂ ਟ੍ਰੀਟ ਕਰਦੀ ਆ ਮੇਰੇ ਤੋਂ ਛੋਟਾ ਉਹ 3 ਸਾਲ ਛੋਟਾ ਤੇ ਛੋਟੀ ਫੇਰ 8 ਸਾਲ ਛੋਟੀ ਮਤਲਬ ਤਾਂ ਉਹ ਉਹ ਤੁਹਾਡੇ ਸੁਭਾਅ ਦੇ ਵਿੱਚ ਹੁੰਦਾ ਕੋਈ ਉਹਦੇ ਵਿੱਚ ਤੁਸੀਂ ਐ ਨਹੀਂਗਾ ਕਿ ਸਜੇ ਖੱਬੇ ਕਰ ਸਕਦੇ ਤਾਂ ਇਹ ਆ ਕਿ ਹਾਂ ਲੀਡਰਸ਼ਿਪ ਆ ਜਾਂਦੀ ਹੈ ਤੁਸੀਂ ਮੈਨੇਜ ਕਰਨਾ ਛੋਟਿਆਂ ਨੂੰ ਵੀ ਵੇਖਣਾ ਤੇ ਉਹੋ ਹੀ ਸੁਭਾਅ ਫਿਰ ਤੁਹਾਡਾ ਘਰ ਦੇ ਵਿੱਚ ਵੀ ਥੋੜਾ ਜਿਹਾ ਹੋ ਜਾਂਦਾ ਤੇ ਜੇ ਆਪਾਂ ਗੱਲ ਕਰੀਏ ਅਕਾਦੈਮਿਕ ਲੈਵਲ ਤੇ ਤੁਸੀਂ ਪ੍ਰਿੰਸੀਪਲ ਵੀ ਰਹੇ ਹੋ ਤੇ ਸਾਹਿਤ ਅਕਾਦਮੀ ਦੇ ਚੇਅਰਪਰਸਨ ਦੂਜੀ ਵਾਰੀ ਵੀ ਹੈਗੇ ਹੋ ਕਿਵੇਂ ਚੱਲ ਰਿਹਾ ਸਹਿਤ ਅਕਾਦਮੀ ਦਾ ਕਾਰਜ ਸਾਇਟ ਅਕੈਡਮੀ ਦਾ ਬਹੁਤ ਵਧੀਆ ਚੱਲ ਰਿਹਾ ਹੈ ਜਦੋਂ ਮੈਨੂੰ ਯਾਦ ਆ ਕਿ ਜਦੋਂ ਅਸੀਂ ਸ਼ੁਰੂ ਕੀਤਾ ਸੀਗਾ ਤਾਂ ਵੈਸੇ ਮੇਨ ਤਕਰੀਬਨ 10 ਸਾਲ ਹੋ ਗਏ ਪਾਤਰ ਸਾਹਿਬ ਪ੍ਰਧਾਨ ਸੀਗੇ ਤੇ ਮੈਂ ਉਮੀਦ ਪ੍ਰਧਾਨ ਸੀ ਪੰਜਾਬ ਸਾਹਿਤ ਅਕੈਡਮੀ ਦੀ 3 ਸਾਲ ਅਸੀਂ ਹੋ ਤੇ ਉਸ ਤੋਂ ਬਾਅਦ 2 ਲਗਾਤਾਰ ਸਾਲ ਅਸੀਂ ਮੈਂ ਐਜ਼ ਪ੍ਰਧਾਨ ਕੰਮ ਕਰ ਰਹੀ ਆ ਤਾਂ ਜਦੋਂ ਸਾਹਿਤ ਅਕੈਡਮੀ ਦੀ ਮੈਂ ਪ੍ਰਧਾਨ ਬਣੀ ਸੀ ਤਾਂ ਉਦੋਂ ਕਹਿੰਦੇ ਸੀ ਕਿ ਇਹ ਕਿਹੜੀ ਅਕੈਡਮੀ ਆ ਇਹ ਇਹ ਤਾਂ ਅਦਾ ਤਾਂ ਕਦੇ ਨਾਂ ਨਹੀਂ ਸੁਣਿਆ ਤੇ ਇਹ ਤਾਂ ਚੰਡੀਗੜ੍ਹ 'ਚ ਹੀ ਰਹਿੰਦੀ ਆ ਪਰ ਅਸੀਂ ਉਦੋਂ ਜਦੋਂ ਕੰਮ ਸ਼ੁਰੂ ਕੀਤਾ ਤੇ ਫੇਰ ਕੋਈ ਅਸੀਂ ਪੰਜਾਬ ਦਾ ਸ਼ਹਿਰ ਨਹੀਂ ਛੱਡਿਆ ਸਾਰੇ ਦੇ ਸਾਰੇ ਜਿਹੜੇ ਮੰਨ ਲਈਏ ਕਿ ਜਦੋਂ ਤੁਸੀਂ ਕੰਮ ਸ਼ੁਰੂ ਕਰਿਆ ਸਹਿਤ ਅਕੈਡਮੀ ਪਿੰਡ ਚੰਡੀਗੜ੍ਹ ਦੀ ਬਲਗਣ ਚੋਂ ਨਿਕਲ ਕੇ ਪਿੰਡਾਂ ਚ ਪਿੰਡਾਂ ਤੱਕ ਪੜ ਗਈ ਸੱਥਾਂ ਤੱਕ ਪੜ ਗਈ ਅਸੀਂ ਧੀਰ ਸਾਹਿਬ ਦੇ ਪਿੰਡ ਜਾ ਕੇ ਪ੍ਰੋਗਰਾਮ ਕਰਕੇ ਆਏ ਸੀ ਉਹਨਾਂ ਦਾ ਸਨਮਾਨਤ ਉਹਨਾਂ ਦੇ ਪਰਿਵਾਰ ਨੂੰ ਕਰਕੇ ਆਏ ਸੋ ਹੁਣ ਮਾਨਸਾ ਦੇ ਵਿੱਚ ਪ੍ਰੋਗਰਾਮ ਕਰਾਉਣੇ ਫਰੀਦਕੋਟ ਉਧਰ ਬਠਿੰਡਾ ਹੋ ਗਿਆ ਬੁੱਢਲਾ ਢਾ ਹੋ ਗਿਆ ਮਤਲਬ ਕੋਈ ਅਸੀਂ ਨਹੀਂ ਛੱਡਿਆ ਹਿਮਾਚਲ ਚ ਵੀ ਕਰ ਲਈਦੇ ਤੇ ਇਸ ਵੇਲੇ ਕੈਨੇਡਾ ਦੇ ਵਿੱਚ ਵੀ ਅਸੀਂ ਇੱਥੇ ਬੈਠੇ ਆ ਤੇ ਪਰ ਸਾਡੇ ਪ੍ਰੋਗਰਾਮ ਕੈਨੇਡਾ ਦੇ ਵਿੱਚ ਹੋ ਰਹੇ ਨੇ ਪੰਜਾਬ ਸਾਹਿਤ ਅਕੈਡਮੀ ਦੇ ਨਾਂ ਤੇ ਪ੍ਰੋਗਰਾਮ ਹੋ ਰਹੇ ਨੇ ਪਤਾ ਕੀ ਗੱਲ ਹੈ ਨਾ ਜੀ ਜਿਹੜਾ ਤੁਹਾਡਾ ਕਾਰਜ ਹੈਗਾ ਨਾ ਲੋਕਾਂ ਦੇ ਸਾਹਮਣੇ ਕਈ ਵਾਰੀ ਧਿਆਨ ਚ ਵੀ ਨਹੀਂ ਆਉਂਦਾ ਵੀ ਕੀ ਕਰ ਰਹੇ ਨੇ ਉਹਨਾਂ ਨੂੰ ਐਂ ਲੱਗਦਾ ਬਸ ਬੈਠਦੇ ਨੇ ਆਪਦਾ ਹਨਾ ਪਰ ਦਿਸਦਾ ਨਹੀਂ ਕਈ ਵਾਰੀ ਸਾਹਮਣੇ ਤੁਸੀਂ ਦੱਸੋ ਤੁਸੀਂ ਮੈਨੂੰ ਇਹ ਵੀ ਦੱਸੋ ਡਾਕੂਮੈਂਟਰੀਆਂ ਵੀ ਬਣਾ ਰਹੇ ਹੋ ਹਾਂਜੀ ਹਾਂਜੀ ਆ ਡਾਕੂਮੈਂਟਰੀ ਕਿਉਂਕਿ ਇਹ ਬਹੁਤ ਥੋੜਾ ਜਿਹਾ ਸਮਾਂ ਚਾਹੀਦਾ ਹੁੰਦਾ ਇਹਦੇ ਲਈ ਤੇ ਸਰਮਾਇਆ ਵੀ ਚਾਹੀਦਾ ਡਾਕੂਮੈਂਟਰੀ ਲਈ ਪਰ ਅਸੀਂ ਬੜਾ ਮਤਲਬ ਜਿੱਦਾਂ ਹੁਣ ਸਾਡੇ ਸ਼ਰੀਰਾ ਮਹਰਸ਼ ਜੀ ਆ ਬਹੁਤ ਚੰਗੇ ਗਜ਼ਲਗੋ ਨੇ ਬਹੁਤ ਸੋਨਾ ਲਿਖਦੇ ਨੇ ਨਾਈਸ ਹੈਗੇ ਨੇ ਤਾਂ ਉਹਨਾਂ ਦੀ ਡਾਕੂਮੈਂਟਰੀ ਬਣਾਈ ਤੇ ਫਿਰ ਮੈਨੂੰ ਐ ਲੱਗਦਾ ਸੀ ਕਿ ਉਹਨਾਂ ਦੇ ਜਿਉਂਦੇ ਜੀ ਆਪਾਂ ਬਹੁਤੀ ਵਾਰੀ ਕੀ ਕਰਦੇ ਲੇਖਕ ਵਿਚਾਰਾ ਤੁਰ ਜਾਂਦਾ ਹੈ ਫਿਰ ੜਕਦਾ ਫੜਕਦਾ ਤੇ ਅਸੀਂ ਉਹਦੇ ਮਗਰ ਫਿਰ ਉਹਨੂੰ ਸਨਮਾਨ ਦੇਨੇ ਆ ਉਹਦੇ ਉਹਨੂੰ ਯਾਦ ਕਰਦੇ ਆ ਉਹਦੇ ਭੋਗ ਸ਼ਰਧਾਂਜਲੀਆ ਤੇ ਮੈਨੂੰ ਲੱਗਦਾ ਕਿ ਉਹ ਨਾ ਉਹਦੇ ਜੀਂਦੇ ਜੀ ਤਾਂ ਫਿਰ ਅਰਸ਼ ਸਾਹਿਬ ਦੀ ਅਸੀਂ ਡਾਕੂਮੈਂਟਰੀ ਰਿਲੀਜ਼ ਕੀਤੀ ਉਹਨਾਂ ਬਾਰੇ ਗੱਲਬਾਤ ਕੀਤੀ ਔਰ ਬਹੁਤ ਸੋਹਣਾ ਪ੍ਰੋਗਰਾਮ ਜਿਹੜਾ ਹੋਇਆ ਤੇ ਇਸੇ ਤਰ੍ਹਾਂ ਗੁਲਜ਼ਾਰ ਸੰਦੂਹਰਾ ਦੀ ਉਹਨਾਂ ਦੀ ਵੀ ਬਣੀ ਆ ਤੇ ਇੱਕ ਆਪਣੇ ਜਸਬੀਰ ਭੁੱਲਰ ਜੀ ਜੀ ਹੈਨਾ ਉਹ ਵੀ ਕਾਫੀ ਪਾਸੇ ਰਹਿੰਦੇ ਨੇ ਉਹਨਾਂ ਨੇ ਬਹੁਤ ਸੋਹਣੀਆਂ ਕਹਾਣੀਆਂ ਲਿਖੀਆਂ ਨੇ ਪੁਨੇ ਦਾ ਫਿਲਮ ਇੰਡਸਟਰੀ ਦਾ ਉਹਨਾਂ ਦਾ ਤਜਰਬਾ ਹੈਗਾ ਆਰਮੀ ਦਾ ਤਜਰਬਾ ਕਹਾਣੀਆਂ ਨਾਲ ਇਹ ਜਿਹੜੀ ਡਾਕੂਮੈਂਟਰੀਆਂ ਪਹਿਲਾਂ ਹੀ ਬਣਦੀਆਂ ਸੀ ਜਾਂ ਤੁਹਾਡੇ ਆਉਣ ਤੋਂ ਬਾਅਦ ਸ਼ੁਰੂ ਹੋਇਆ ਇਹ ਪਹਿਲਾਂ ਬਣਦੀਆਂ ਹੋਣਗੀਆਂ ਪਰ ਪੰਜਾਬ ਸਾਹਿਤ ਅਕੈਡਮੀ ਚ ਨਹੀਂ ਬਣੀਆਂ ਇਹ ਤੁਹਾਡੇ ਤੋਂ ਬਾਅਦ ਸ਼ੁਰੂ ਹੋਈਆਂ ਹਾਂਜੀ ਹਾਂਜੀ ਅਸੀਂ ਸ਼ੁਰੂ ਕੀਤੀ ਔਰ ਬੜੇ ਥੋੜੇ ਜੇ ਪੈਸਿਆਂ ਦੇ ਵਿੱਚ ਅਸੀਂ ਉਹ ਕਰਦੇ ਪਏ ਕਿਉਂਕਿ ਸਰਕਾਰਾਂ ਦਾ ਜਿਹੜੀਆਂ ਪ੍ਰੈਫਰੈਂਸਿਸ ਆ ਉਹ ਸ਼ਾਇਦ ਜੇ ਸੱਭਿਆਚਾਰਤਾ ਹੋਊਗਾ ਪਰ ਸਾਹਿਤ ਤੇ ਕਲਾਮਾ ਵਾਲੇ ਪਾਸੇ ਥੋੜਾ ਜੇ ਮੇਬੀ ਅਜੇ ਕਿਉਂਕਿ ਜੇ ਸ਼ਾਂਤੀ ਜੀ ਹੋਵੇ ਕਲਾਮਾ ਉੱਥੇ ਹੀ ਉਪਜਦੀਆਂ ਨਾ ਜਿੱਥੇ ਬਹੁਤ ਸ਼ਾਂਤੀ ਹੋਵੇ ਜਿੱਥੇ ਪ੍ਰਿਸ਼ਟਾਚਾਰ ਨਾ ਹੋਵੇ ਲੋਕ ਸ਼ਾਂਤ ਹੋਣ ਹੈ ਨਾ ਹਰੇਕ ਦੇ ਢਿੱਡ 'ਚ ਰੋਟੀ ਹੋਵੇ ਫੇਰ ਹੀ ਬੰਦਾ ਲਿਖਦਾ ਫੇਰ ਹੀ ਬੰਦਾ ਕਲਾਮਾ ਵਾਲੇ ਪਾਸੇ ਜਾਂਦਾ ਸੋ ਅਜੇ ਉਸ ਤਰ੍ਹਾਂ ਨਾਲ ਨਹੀਂ ਆ ਕਿ ਆਪਾਂ ਕਲਾਸਿਕ ਹੁਣ ਐਸੇ ਵੇਲੇ ਕੋਈ ਬੰਦਾ ਉਸ ਤਰ੍ਹਾਂ ਦਾ ਲਿਖ ਨਹੀਂ ਪਾ ਰਿਹਾ ਮੈਮ ਇਹ ਜਿਹੜਾ ਨਹੀਂ ਲਿਖ ਪਾ ਰਿਹਾ ਜਾਂ ਗੱਲਬਾਤ ਆਪਾਂ ਕਰੀਏ ਜੇ ਸਾਹਿਤ ਦੇ ਖੇਤਰ ਦੀ ਗੱਲ ਕਰੀਏ ਤਾਂ ਅੱਜ ਕੱਲ ਇੱਕ ਚੀਜ਼ ਹੋਰ ਸਾਹਮਣੇ ਆ ਰਹੀ ਆ ਉਹਨੂੰ ਕਹ ਲਈ ਆਪਾਂ ਆ ਸਾਹਿਤਿਕ ਰਾਜਨੀਤੀ ਸਾਹਿਤਿਕ ਰਾਜਨੀਤੀ ਨੂੰ ਕਿਵੇਂ ਵੇਖਦੇ ਹਾਂ ਆ ਕਿਵੇਂ ਵੇਖਦੀਆਂ ਆਪਣੇ ਆਲੇ ਦੁਆਲੇ ਵੇਖਦੀਆਂ ਹਰ ਥਾਂ ਤੇ ਤੁਹਾਡੇ ਨਾਲ ਹੋਈ ਇਹ ਰਾਜਨੀਤੀ ਹੁੰਦੀ ਆ ਹੁੰਦੀ ਆ ਬਹੁਤ ਹਾਂ ਵਾ ਤੇ ਹੁੰਦੀ ਆ ਅ ਦਰਅਸਲ ਨਾ ਇਹ ਖੇਮੇ ਬਣੇ ਹੋਏ ਨੇ ਅ ਉਹਦੇ ਗਰੁੱਪ ਬਣੇ ਗਰੁੱਪਿਜ਼ਮ ਤਾਂ ਉਹ ਇੱਕ ਗਰੁੱਪ ਦੇ ਵਿੱਚ ਲੋਕ ਟੁੱਟਦੇ ਨਹੀਂ ਪਰ ਮੈਨੂੰ ਲੱਗਦਾ ਹੁੰਦਾ ਇਹ ਸੀਮਤ ਹੋਣ ਆਇਆ ਬੰਦੇ ਦਾ ਜੇ ਤੁਸੀਂ ਆਪਣੇ ਇੱਕ ਸੀਮਤ ਦਾਇਰੇ ਚੋਂ ਨਿਕਲਦੇ ਉਹ ਤੋਂ ਵਿਸ਼ਾਲ ਦੁਨੀਆ ਪਈ ਆ ਤੁਹਾਡੇ ਮੋਰੇ ਤਾਂ ਤੁਸੀਂ ਉਸ ਦੁਨੀਆ ਨਾਲ ਜੁੜੋ ਬਜਾਏ ਕਿ ਆਪਾਂ ਛੋਟੇ ਛੋਟੇ ਘੇਰਿਆਂ ਚ ਵੱਜੇ ਰਹੀਏ ਤਾਂ ਮੈਨੂੰ ਲੱਗਦਾ ਮੈਂ ਕਿਸੇ ਗਰੁੱਪ ਨਾਲ ਨਹੀਂ ਜੋੜਦੀ ਬਸ ਮੇਰੇ ਨਾਲ ਜਿਹੜੇ ਮੇਰੀ ਟੀਮ ਆ ਬੜੀ ਵਧੀਆ ਟੀਮ ਆ ਬਹੁਤ ਕੰਮ ਕਰਦੇ ਨੇ ਉਹ ਤਾਂ ਉਹਨਾਂ ਸਾਰਿਆਂ ਦੇ ਨਾਲ ਅਸੀਂ ਉਹ ਦੱਸਦੇ ਨੇ ਮੈਡਮ ਆਹ ਕੰਮ ਕਰਨਾ ਠੀਕ ਆ ਜੀ ਕਰ ਲਓ ਮੇਰੇ ਮੂੰਹ ਕਦੇ ਇਹ ਨਹੀਂ ਨਿਕਲਦਾ ਵੀ ਨਹੀਂ ਰਹਿਣ ਦਿਓ ਛੱਡੋ ਪਰੇ ਜਿੱਥੇ ਵੀ ਹੋਵੇ ਉਹ ਮੈਂ ਕਦੇ ਇਹ ਵੀ ਨਹੀਂ ਕੀਤਾ ਵੀ ਮੈਂ ਹੋਵਾਂ ਨਾ ਹੋਵਾਂ ਕੰਮ ਹੋਣਾ ਚਾਹੀਦਾ ਪੰਜਾਬ ਸਾਹਿਤ ਅਕੈਡਮੀ ਹੋਣੀ ਚਾਹੀਦੀ ਆ ਮੇਰੀ ਤਾਂ ਉਹਦੇ ਵਿੱਚ ਕੋਈ ਬਹੁਤੀ ਲੋੜ ਨਹੀਂ ਹੈ ਸੋ ਉਹ ਹੁਣ ਇਸ ਤਰ੍ਹਾਂ ਦਾ سلسلہ ਚੱਲ ਪਿਆ ਕਿ ਅਸੀਂ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚ ਗਏ ਕੰਮ ਕਰ ਰਹੇ ਆ ਅਕੈਡਮੀ ਦਾ ਨਾਂ ਆ ਜਦੋਂ ਤੁਸੀਂ ਕੰਮ ਕਰਦੇ ਹੋ ਨਾ ਕੰਮ ਕਰਦਿਆਂ ਨੂੰ ਵੇਖ ਕੇ ਵੀ ਲੋਕ ਜਰਦੇ ਨਹੀਂ ਹੁੰਦੇ ਤਾਂ ਤੁਹਾਡੇ ਨਾਲ ਕਦੇ ਹੋਇਆ ਇਦਾਂ ਵੀ ਤੁਸੀਂ ਕੁਝ ਕੰਮ ਵਧੀਆ ਕਰ ਰਹੇ ਹੋ ਤੇ ਇੱਕ ਨਾ ਨਾਲ ਦੇ ਚ ਮਿੱਠਾ ਜਾਂ ਸਾੜਾ ਹੋ ਜਾਂਦਾ ਜੇ ਤੁਸੀਂ ਤਰੱਕੀ ਕਰਦੇ ਹੋ ਜਾਂ ਕੁਝ ਵਧੀਆ ਕੰਮ ਕਰਦੇ ਹੋ ਤੇ ਮਿੱਠਾ ਜਾਂ ਸਾੜਾ ਮਿੱਠਾ ਜਾਂ ਸਾੜਾ ਮੇ ਲਾਦਾ ਉਧਰ ਲਾਗਉਂਦੀ ਆਸ ਕੇ ਨੰਗ ਜਾਣਾ ਚਾਹੀਦਾ ਵੈਸੇ ਤਾਂ ਤੁਸੀਂ ਉਹਨੂੰ ਮਹਿਸੂਸ ਕਰਦੇ ਆ ਠੀਕ ਹੈ ਪਰ ਮੈਂ ਤੁਹਾਨੂੰ ਦੱਸਿਆ ਨਾ ਜੇ ਇਹਨਾਂ ਚੀਜ਼ਾਂ 'ਚ ਆਪਾਂ ਪੈ ਜਾਂਦੇ ਆ ਨਾ ਮਤਲਬ ਕੋਈ ਵਿਰੋਧ ਕਰਾਂ ਮੈਂ ਉਹਨੂੰ ਰਿਵਰਸ ਵਾਰ ਕਰਾਂ ਤਾਂ ਫਿਰ ਤੁਹਾਡਾ ਸਮਾਂ એનર્ਜੀ ਤੁਹਾਡੀ ਜਿਹੜੀ ਆ ਤਾਂ ਉਹ ਇعتਕਾਰਦੇ ਆ ਤੁਹਾਨੂੰ ਇਹ ਚੀਜ਼ਾਂ ਤਾਂ ਬੈਟਰ ਆ ਕਿ ਤੁਸੀਂ ਪਾਸੇ ਦੀ ਨੰਗ ਜਾਓ ਉਹਨਾਂ ਨੂੰ ਮਤਲਬ ਤੁਸੀਂ ਨੋਟਿਸ ਲਾਓਗੇ ਤਾਂ ਤਾਂ ਹੀ ਤੁਹਾਡੇ ਉੱਤੇ ਉਹਦਾ ਪ੍ਰਭਾਵ ਪਊਗਾ ਨਾ ਤੁਸੀਂ ਸਭ ਕੁ ਖੁਸ਼ ਹੋਵੋ ਵਿਰੋਧ ਵਿੱਚ ਵਿਰੋਧ ਵਿੱਚ ਵਿਕਾਸ ਕੋਈ ਤੁਹਾਡਾ ਬੰਦਾ ਵਿਰੋਧ ਕਰਦਾ ਇਹਨਾਂ ਮਤਲਬ ਤੁਸੀਂ ਗਰੋ ਕਰ ਰਹੇ ਹੋ ਇੱਕ ਔਰਤ ਹੋਣ ਦੇ ਨਾਂ ਤੇ ਤੁਸੀਂ ਇਹ ਆਪਣੀ ਜ਼ਿੰਮੇਵਾਰੀ ਵੀ ਨਿਭਾ ਰਹੇ ਹੋ ਸਹਿਤ ਅਕੈਡਮੀ ਵਿੱਚ ਤੇ ਕਿੰਨੀਆਂ ਇੱਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਮੁਸ਼ਕਿਲਾਂ ਤਾਂ ਕੋਈ ਨਹੀਂ ਆ ਸਾਡਾ ਚੱਲੇ ਜਾਂਦਾ ਆ ਪਰ ਸਾਡਾ ਇਹ ਆ ਕਿ ਸਾਹਿਤ ਨੂੰ ਅਕਾਦਮੀ ਨੂੰ ਜਿਹੜੀ ਹੈਗੀ ਹੈ ਕਲਾ ਪ੍ਰਸ਼ਸਾ ਸੋ ਸਾਹਿਤ ਅਕਾਦਮੀ ਨੂੰ ਉਸ ਤਰ੍ਹਾਂ ਨਾਲ ਫੰਡਸ ਜਾਰੀ ਨਹੀਂ ਹੁੰਦੇ ਜਿਵੇਂ ਬਾਕੀ ਦੋ ਜੀਆਂ ਦੋਵੇਂ ਅਕਾਦਮੀਆਂ ਨੂੰ ਹੁੰਦੇ ਆ ਪਰ ਇਹ ਵੀ ਪਤਾ ਮੈਨੂੰ ਮਤਲਬ ਹੁਣੇ ਲੱਗਾ ਆ ਕਿਉਂਕਿ ਉਹ ਸਰਕਾਰ ਵੱਲੋਂ ਤਾਂ ਜਿਵੇਂ ਆਉਂਦੇ ਨਹੀਂ ਫਿਰ ਅਗੋਂ ਉਹਦੇ ਅਨੁਸਾਰ ਉੱਥੇ ਥੋੜਾ ਜਿਹਾ ਆਪਣੇ ਅਨੁਸਾਰ ਹੋ ਜਾਂਦੇ ਆ ਸੋ ਪਰ ਮੈਨੂੰ ਲੱਗਦਾ ਕਿ ਜਜ਼ਬਾ ਤੇ ਸ਼ਿੱਦਤ ਜ਼ਿਆਦਾ ਜ਼ਰੂਰੀ ਆ ਸਾਡੇ ਅੰਦਰ ਜਜ਼ਬਾ ਹੈਗਾ ਸ਼ਿੱਦਤ ਹੈਗੀ ਅਸੀਂ ਬਿਨਾਂ ਪੈਸਿਆਂ ਦੇ ਵੀ ਪਿਛਲੇ 1 ਸਾਲ ਪੂਰਾ ਕੰਮ ਕੀਤਾ ਕਿ ਜੋ ਸਰਕਾਰ ਨਵੀਂ ਆਈ ਹੈ ਉਹਨਾਂ ਨੇ ਉਦੋਂ ਫੰਡਸ ਲੈ ਲਏ ਇੱਕ ਵਾਰੀ ਜੋ ਸੀ ਪਰ ਉਦੋਂ ਬਾਅਦ ਜਾਰੀ ਨਹੀਂ ਹੋਏ ਪਰ ਹੁਣ ਅਸੀਂ ਆਨਲਾਈਨ ਮੋਡ ਤੇ ਆ ਗਏ ਉੱਥੇ ਕੋਈ ਪੈਸਾ ਨਹੀਂ ਲੱਗਦਾ ਕੀ ਚਾਹੀਦਾ ਤੁਹਾਡਾ ਸਮਾਂ એનર્ਜੀ ਸ਼ਿੱਦਤ ਜਜ਼ਬਾ ਸੋ ਜਿਵੇਂ ਸਾਡੇ ਭਗਵੰਤ ਮਾਨ ਜੀ ਬੜੇ ਐਨਰਜੈਟਿਕ ਨੇ ਲੱਗੇ ਹੀ ਰਹਿੰਦੇ ਨੇ ਸੋ ਮੈਨੂੰ ਲੱਗਦਾ ਵੀ ਅਸੀਂ ਵੀ ਇਦਾਂ ਹੀ ਕਰਦੇ ਰਹੀਏ ਕੰਮ ਜਦੋਂ ਤੱਕ ਤੁਹਾਡੇ ਅੰਦਰ ਸਮਰੱਥਾ ਆਇਆ ਹਿੰਮਤ ਆ ਡਾਕਟਰ ਸਰਜੀਤ ਕੌਰ ਸੋ ਹਲ ਹੋਰਾਂ ਨਾਲ ਆਪਾਂ ਸਾਹਿੱਦ ਦੀ ਤੰਦ ਪਾਈ ਹੋਈ ਹੈ ਮੈਂ ਮੈਂ ਕਾਫੀ ਗੱਲਾਂ ਕਰ ਲਈਆਂ ਹਨਾ ਤੁਹਾਡੇ ਨਾਲ ਪਰ ਮੈਂ ਹਲੇ ਤੁਹਾਡੇ ਤੋਂ ਕੋਈ ਤੁਹਾਡੀ ਲਿਖਤ ਤੁਹਾਡੀ ਕਵਿਤਾ ਸੁਣੀ ਨਹੀਂ ਸੋ ਪਲੀਜ਼ ਸਾਡੇ ਦਰਸ਼ਕਾਂ ਨਾਲ ਵੀ ਕਵਿਤਾ ਦੀ ਸਾਂਝ ਪਾਓ ਕਿਹੜੀ ਕਵਿਤਾ लाडले जवाक ਵਾਂਗੂ ਬਾੜੀ ਨੇੜਿਆ ਦਿਲ ਦੇ ਅ ਮੇਰੀ ਹੈਗੀਆ ਇੱਕ ਬਹੁਤ ਛੋਟੀ ਜਿਹੀ ਹੈ ਕਵਿਤਾ ਗੁੰਨੇ ਮਿੱਟੀ ਤੇ ਮੇਰੀ ਕਿਤਾਬ ਦਾ ਨਾਮ ਹੀ ਆ ਤੇ ਉਹ ਕਵਿਤਾ ਹੈਗੀਆ ਵੈਸੇ ਤਾਂ ਬਹੁਤ ਲੰਬੀ ਗੱਲ ਹੋ ਜਾਊਗੀ ਕਿ ਬਚਪਨ ਚ ਨਾਨਕੇ ਜਾਂਦੇ ਸੀ ਸ਼ਾਮਨਗਰ ਮੇਰੇ ਨਾਨਕੇ ਮਜੀਠੇ ਤਾਂ ਉਹ ਖੂਤੇ ਜਾਂਦੇ ਸੀ ਤੇ ਲਾਗੇ ਹਸੂਆ ਵਗਦਾ ਸੀ ਤੇ ਰੁੱਖ ਦੇ ਥੱਲੇ ਅਸੀਂ ਬਹਿ ਕੇ ਬਾਜੀਆਂ ਬਣਾਉਂਦੇ ਸੀ ਮਿੱਟੀ ਦੀ ਜੀ ਤਾਂ ਉਹ ਜਿਹੜੀ ਕਿਤੇ ਅਚੇਤ ਚ ਪਈ ਹੋਈ ਗੱਲ ਉਹ ਕਵਿਤਾ ਦੇ ਰੂਪ ਚ ਆਈ ਕਿ ਮਾਂ ਮਿੱਟੀ ਪਿਓ ਪਾਣੀ ਮਾਂ ਮਿੱਟੀ ਪਿਓ ਪਾਣੀ ਗੁੰਨੀ ਗਿੱਲੀ ਮਿੱਟੀ ਨਰਮ ਨੇਚੋ ਧੀ ਰਾਣੀ ਚੁੱਲਾ ਚ ਅੰਕਾ ਤਵਾ ਪਰਾਤ ਪਿੱਪਲ ਦਾ ਥੜਾ ਖੋਦ ਹੀ ਮੌਣ ਜਾਂ ਫਿਰ ਚਿੜੀਆਂ ਤੋਤੇ ਮੋਰ ਨਕੀਆਂ ਬਾਜ਼ੀਆਂ ਖੇਡਣ ਦੇ ਲਈ ਕੁਝ ਵੀ ਬਣਾ ਲੈ ਜੀਵਰ ਚਾਲੈ ਜਿਵੇਂ ਵੀ ਟਾਲੇ ਢਲਦੀ ਜਾਣੀ ਧੀ ਰਾਣੀ ਗੁੰਨੀ ਗਿੱਲੀ ਮਿੱਟੀ ਸੋ ਇੱਕ ਔਰਤ ਦਾ ਪੂਰੇ ਦਾ ਪੂਰਾ ਜੀਵਨ ਇਹਦੇ ਵਿੱਚ ਆ ਕਿ ਉਹ ਗੁੰਨੀ ਮਿੱਟੀ ਵਰਗੀ ਆ ਤੇ ਜਿੱਦਾਂ ਉਹਨੂੰ ਢਾਲੋਗੇ ਉਹਨੇ ਉਹਨੇ ਸੰਸਕਾਰਾਂ ਨੇ ਸਾਨੂੰ ਓਦਾਂ ਬਣਾ ਦੇਣਾ ਮਤਲਬ ਪਰੰਪਰਾ ਪਾਲਣੀ ਉਹਨੂੰ ਸਿਖਾਈ ਜਾਂਦੀ ਆ ਸਾਡੀ ਖੂਬਸੂਰਤ ਰਚਨਾ ਤੁਹਾਡੀ ਗੁੰਨੀ ਮਿੱਟੀ ਬੜੀਆਂ ਛੋਟੀਆਂ-ਛੋਟੀਆਂ ਨੇ ਜਿੱਦਾਂ ਮੈਂ ਇੱਕ ਦੋ ਮੈਂ ਬੜੀਆਂ ਉਹ ਹੈ ਗਿਆ ਜਿੱਦਾਂ ਤੂੰ ਹੁੰਦਾ ਹੈ ਮੇਰਾ ਪਿਤਾ ਭਰਾ ਪਤੀ ਪੁੱਤਰ ਹੁੰਦਾ ਮੇਰਾ ਪਿਤਾ ਭਰਾ ਪਤੀ ਪੁੱਤਰ ਤੇ ਕਦੀ ਮੇਰਾ ਸਖਾ ਮਿੱਤਰ ਮੈਂ ਕਵਿਤਾ ਹੋ ਗਈ ਜਦੋਂ ਤੇਰੇ ਮੋਢੇ ਤੇ ਸਿਰ ਰੱਖ ਕੇ ਸੌਂ ਗਈ। ਕੀ ਬਾਤ ਹੈ ਤੇ ਇੱਕ ਹੋਰ ਬੜੀ ਲੱਗਦੀ ਸਾਰਿਆਂ ਨੂੰ ਉਹ ਚੰਗੀ ਲੱਗਦੀ ਆ। ਆ ਦੋਸਤ ਜਾਂ ਕੁਝ ਹੋਰ ਨਹੀਂ ਮੈਨੂੰ ਪਤਾ। ਜੀ ਦੋਸਤ ਜਾਂ ਕੁਝ ਹੋਰ ਨਹੀਂ ਮੈਨੂੰ ਪਤਾ ਤੇਰੇ ਜਾਣ ਤੋਂ ਬਾਅਦ ਬਸ ਇੰਨਾ ਹੀ ਕੀਤਾ ਏ ਤੇਰੇ ਝੂਠੇ ਗਲਾਸ ਚ ਪਾਣੀ ਪੀਤਾ ਏ। ਵਾਹ। ਹਾਂ। ਤੇ ਮਤਲਬ ਇਹ ਖੂਬਸੂਰਤ ਜੀ ਜੀ ਮਿਹਰਬਾਨੀ ਤੁਹਾਡੀ ਨਾ ਇਹ ਜਿਹੜਾ ਗੁੰਨੀ ਮਿੱਟੀ ਕਵਿਤਾ ਤੁਸੀਂ ਸੁਣਾਈ ਆ ਸਾਂਝੀ ਕੀਤੀ ਸਾਡੇ ਨਾਲ ਤੁਹਾਡੀ ਕਿਤਾਬ ਦਾ ਨਾਮ ਵੀ ਗੁੰਨੀ ਮਿੱਟੀ ਆ ਜੀ ਕਿਤਾਬਾਂ ਦੇ ਜ ਨਾਵਾਂ ਦੀ ਗੱਲ ਕਰੀਏ ਤਾਂ ਬੜੇ ਅਲੱਗ ਜਿਹੇ ਅਲਹਿਦਾ ਜੀ ਨਾਮ ਰੱਖਿਆ ਤੁਸੀਂ ਇਹ ਸੋਚ ਕੇ ਰੱਖਿਆ ਕੁਝ ਜਿਵੇਂ ਕਣਕਾ ਕਣਕਾ ਹੰਸਾ ਹੋ ਗਈ ਝਿੰਕੂ ਦਾ ਵਿੰਗ ਹੋ ਗਿਆ ਇਹ ਜਦੋਂ ਕਵਿਤਾ ਲਿਖਦੇ ਆ ਫਿਰ ਉਸ ਤੋਂ ਬਾਅਦ ਜਦੋਂ ਸੋਚਦੀ ਆ ਮੈਂ ਉਹਦੇ ਬਾਰੇ ਤਾਂ ਫਿਰ ਕੁਝ ਤਾਂ ਹੁੰਦਾ ਕਿ ਸੈਂਟਰਲ ਆਈਡੀਆ ਹੋਵੇ ਤੇ ਕੁਝ ਉਹਦੇ ਵਿੱਚ ਮਤਲਬ ਜਿਹੜੀ ਪ੍ਰੋਮਿਨੈਂਟ ਕਵਿਤਾ ਜਾਂ ਫਿਰ ਜਿੱਦਾ ਹੁਣ ਜਿੱਦਾ ਕਿਣਕਾ ਕਿਣਕਾ ਹਿੰਸਾ ਹੈ ਤਾਂ ਇਹ ਤੁਹਾਡੇ ਹਾਲੇ ਦੁਆਲੇ ਸਮਾਜ ਦੇ ਵਿੱਚ ਬਹੁਤ ਥਾਵਾਂ ਤੇ ਹਿੰਸਾ ਖਿਲਰੀ ਪਈ ਆ ਤੁਹਾਨੂੰ ਕਿਸਾਨੀ ਅੰਦੋਲਨਾਂ ਜਾਂ ਹੁਣ ਜਿਹੜਾ ਸਾਡੀਆਂ ਧੀਆਂ ਪਹਿਲਵਾਨ ਧੀਆਂ ਜਿਹੜੀਆਂ ਉੱਥੇ ਬੈਠੀਆਂ ਨੇ ਇਨਸਾਫ ਦੇ ਲਈ ਉਹ ਕਿੱਡੀ ਵੱਡੀ ਹਿੰਸਾ ਆ ਕਿ ਇੱਕ ਪੱਦਰ ਦੇ ਉੱਤੇ ਪਹੁੰਚ ਕੇ ਵੀ ਔਰਤ ਨੂੰ ਇਨਸਾਫ ਨਹੀਂ ਮਿਲਦਾ ਇਸੇ ਤਰ੍ਹਾਂ ਘਰਾ ਦੇ ਵਿੱਚ ਉਹਨਾਂ ਨਾਲ ਵਿਊਜ਼ ਹੁੰਦਾ ਥਾਂ ਥਾਂ ਤੇ ਹੁੰਦਾ ਕਮ ਵਾਲੀਆਂ ਥਾਵਾਂ ਤੇ ਹੁੰਦਾ ਡੈਰੋਗੇਟਰੀ ਸ਼ਬਦ ਵਰਤੇ ਜਾਂਦੇ ਆ ਜਾਂ ਹੀਣਾ ਦਰਸਾਇਆ ਜਾਂਦਾ ਤਾਂ ਮੈਂ ਉਹ ਸਾਰੀ ਨੂੰ ਹਿੰਸਾਤਮਕ ਰੂਪ ਚ ਵੇਖਦੀ ਆ ਮੈਨੂੰ ਲੱਗਦਾ ਕਿ ਇਸ ਤੋਂ ਬਿਨਾ ਵੀ ਜੁਆਇਆ ਜਾ ਸਕਦਾ ਹੈ ਕਿ ਅਸੀਂ ਚੰਗੇ ਹੋਈਏ ਸਹਿਜ ਹੋਈਏ ਚੰਗੀਆਂ ਗੱਲਾਂ ਕਰੀਏ ਤਾਂ ਇਹ ਫਿਰ ਇਦਾਂ ਜਾਂ ਜਿਵੇਂ ਛਣਕੂ ਦਾ ਵਿੰਗ ਤਾਂ ਮੈਂ ਲੱਗਾ ਮੈਨੂੰ ਕਿ ਜਿਵੇਂ ਦੀਵਾ ਆ ਜਾਂ ਮੋਮਬਤੀ ਦੀਵੇ ਦੀ ਲਾਟ ਹੈ ਤੇ ਜਦੋਂ ਹਵਾ ਆਉਂਦੀ ਆ ਤੇ ਦੀਵੇ ਦੀ ਲਾਟ ਨੇ ਮਾੜਾ ਜਾਇਆ ਕਰਨਾ ਹਾਂਜੀ ਤਾਂ ਉਹ ਛਿੰਕ ਦਾ ਵਿੰਗ ਮਤਲਬ ਉਹਦੇ ਚ ਜਿੰਨਾ ਪਿਆ ਉਹਨਾ ਸਮਾਂ ਜਿਹੜਾ ਕਾਫੀ ਆ ਧਰਤੀ ਨੂੰ ਮਤਲਬ ਕਹਿ ਲੋ ਕਿ ਖਤਮ ਹੋਣ ਜਿਵੇਂ ਪਿੱਛੇ ਪਹਚਾਲ ਆਇਆ ਸੀਗਾ ਹਾਂਜੀ ਤਾਂ ਫਿਰ ਉਹ ਛਿੰਕ ਦਾ ਵਿੰਗ ਜੇ ਥੋੜਾ ਜਿਹਾ ਜ਼ਿਆਦਾ ਆ ਜਾਇਤਾ ਹੈ ਖਤਮ ਜੀ ਕਿ ਐਵੇਂ ਹੀ ਬੰਦਾ ਮੇਰੀ ਮੇਰੀ ਕਰਦਾ ਰਹਿੰਦਾ ਹੈ ਪਤਾ ਨਹੀਂ ਉਹਨੇ ਕਦੋਂ ਆਵਾਜ਼ ਮਾਰ ਲੈਣੀ ਔਰ ਧਰਤੀ ਤਾਂ ਵੀ ਇਹੀ ਹੈ ਅਸੀਂ ਜਿੰਨਾ ਇਹਦੇ ਤੇ ਪੋਲਿਊਸ਼ਨ ਫਲਾਅ ਦਿੱਤਾ ਜਨੈ ਨੂੰ ਮਲੀਨ ਕਰ ਦਿੱਤਾ ਇਹ ਨਹੀਂ ਪਤਾ ਕਿ ਹੋਰਣ ਵਾਲੀ ਆ ਸਾਡੀਆਂ ਨਸਲਾਂ ਲਈ ਅਸੀਂ ਕਿੰਨਾ ਕੁ ਕੁਝ ਖਰਾਬ ਕੀਤਾ ਆ ਤੁਸੀਂ ਕਵਿਤਾ ਲਿਖੀ ਪਹਿਲਾਂ ਕਵਿਤਾ ਦੀਆਂ ਤੁਹਾਡੀ ਆਲੋਚਨਾ ਦੀ ਕਿਤਾਬ ਪਹਿਲੀ ਆਈ ਉਸ ਤੋਂ ਬਾਅਦ ਕਵਿਤਾਵਾਂ ਦੀਆਂ ਕਿਤਾਬਾਂ ਆਈਆਂ ਕਹਾਣੀਆਂ ਦੀਆਂ ਕਿਤਾਬਾਂ ਕਹਾਣੀਆਂ ਦਾ ਵੀ ਤੁਹਾਡੀ ਹੁੰਦਾ ਬੜਾ ਜ਼ਿਕਰ ਹੈ ਪੁੱਛ ਸਕਦਾ ਕਿ ਇੰਟਰਵੈਲ ਤੋਂ ਬਾਅਦ ਕੀ ਆ ਇੰਟਰਵਲ ਤੋਂ ਬਾਅਦ ਮੇਰੀ ਕਹਾਣੀ ਆਦੀ ਕਿਤਾਬ ਆ ਤੇ ਇਹਦੇ ਚ ਜਿਹੜੀ ਕਹਿ ਲੋ ਕਿ ਮੇਨ ਜਿਹੜੀ ਮੈਨੂੰ ਲੱਗਦੀ ਹੁੰਦੀ ਆ ਇੰਟਰਵਲ ਤੋਂ ਬਾਅਦ ਕੇ ਜਿਹੜਾ ਇੱਕ ਔਰਤ ਆ ਬੱਚੀ ਆ ਛੋਟੀ ਜੀ ਬੱਚੀ ਆ ਉਹਦੇ ਨਾਲ ਸ਼ੋ ਉਹਦਾ ਸ਼ੋਸ਼ਨ ਹੁੰਦਾ ਜਿੰਸੀ ਸ਼ੋਸ਼ਨ ਮਾਲ ਉਹ ਬਹੁਤ ਛੋਟੇ ਛੋਟੇ ਬੱਚੇ ਆ ਬੜੀ ਇਹਦੇ ਚ ਢੰਗ ਨਾਲ ਇੱਕ ਬੱਚੀ ਖੇਡ ਰਹੀ ਆ ਦੂਜਾ ਇੱਕ ਥੋੜਾ ਜਿਹਾ ਵੱਡਾ ਲੜਕਾ ਪਿੱਛੋਂ ਆ ਕੇ ਉਹਦੇ ਕੋਲੇ ਖੜੋ ਜਾਂਦਾ ਉਹਨੂੰ ਨਹੀਂ ਪਤਾ ਕਿ ਮੇਰੇ ਨਾਲ ਕੀ ਹੋਇਆ ਪਰ ਉਹਨੂੰ ਗੰਦਾ ਮਹਿਸੂਸ ਹੁੰਦਾ ਸੋ ਇਦਾਂ ਦੇ ਬੜੇ ਸਾਰੇ ਛੇਣ ਨੇ ਜਿਹੜੇ ਔਰਤਾਂ ਦੀ ਜ਼ਿੰਦਗੀ ਚ ਕੁੜੀਆਂ ਦੀ ਜ਼ਿੰਦਗੀ ਚ ਆਉਂਦੇ ਨੇ ਵੱਡੇ ਹੋਣ ਤੱਕ ਇਹ ਇੱਕ ਕਹਾਣੀ ਜਿਹੜੀ ਇੰਟਰਵਲ ਤੋਂ ਬਾਅਦ ਇਹ ਉਹਦੇ ਬਾਰੇ ਹੈਗੀ ਆ ਤੇ ਇਸ ਕਿਤਾਬ ਦੇ ਵਿੱਚ ਬਹੁਤ ਸਾਰੀਆਂ ਕਹਾਣੀਆਂ ਨੇ ਜਿਹੜੀਆਂ ਕ੍ਰਾਈਮ ਸਟੋਰੀਸ ਅੱਜ ਤੱਕ ਆਪਾਂ ਕ੍ਰਾਈਮ ਸਟੋਰੀਜ਼ ਪੰਜਾਬੀ ਦੇ ਵਿੱਚ ਨਹੀਂ ਆਈਆਂ ਬਿਲਕੁਲ ਇਹ ਖਰਾਤ ਵਧੀਆ ਗੱਲ ਆ ਤੁਸੀਂ ਕਿਉਂਕਿ ਪੰਜਾਬੀ ਦੇ ਵਿੱਚ ਇਦਾਂ ਦਾ ਹਲੇ ਤੱਕ ਕੋਈ ਸਾਹਿਤ ਨਹੀਂ ਸਿਰਜਿਆ ਗਿਆ ਜੀ ਜੀ ਤੇ ਉਹਦਾ ਫਾਇਦਾ ਮੈਨੂੰ ਉਹਦਾ ਫਾਇਦਾ ਮੈਨੂੰ ਮੇਰੇ ਹਸਬੰਡ ਤੋਂ ਹੋਇਆ ਕਿਉਂਕਿ ਕੋਈ ਮਰਡਰ ਹੋ ਗਿਆ ਤਾਂ ਉਹਦੇ ਬਾਰੇ ਜੋ ਗੱਲਬਾਤ ਘਰ ਦੇ ਵਿੱਚ ਹੁੰਦੀ ਆ ਤਾਂ ਉੱਥੋਂ ਵੀ ਮੈਨੂੰ ਮੇਰੇ ਪਾਤਰ ਮਿਲਦੇ ਰਹੇ ਮੈਨੂੰ ਘਟਨਾਵਾ ਮਿਲਦੀਆਂ ਇਹ ਮੰਨ ਲਿਏ ਵੀ ਇੰਟਰਵਲ ਤੋਂ ਬਾਅਦ ਤੁਹਾਡੇ ਹਸਬੰਡ ਨੇ ਲਿਖੀ ਹੋਈ ਆ ਜਾ ਲਿਖਵਾਈ ਆ ਨਹੀਂ ਉਹਨਾਂ ਦਾ ਯੋਗਦਾਨ ਆ ਉਹਨਾਂ ਨੇ ਮੈਨੂੰ ਉਹ ਗੱਲਾਂ ਦਸੀਆਂ ਜਿਵੇਂ ਇੱਕ ਐਨਕਾਊਂਟਰ ਹੋਇਆ ਸੀਗਾ 1992 ਦੀ ਗੱਲ ਆ ਤਾਂ ਉਹਦੇ ਚ ਉਹ ਦੋ ਐਸਐਚ ਹੁੰਦੇ ਸੀ ਤਾਂ ਉਹ ਸਾਰੀਆਂ ਗੱਲਾਂ ਮੈਂ ਜਿਹੜੀਆਂ ਉਹ ਹੋਣ ਵਾਲੀ ਜਿਹੜੀ ਮੇਰੀ ਨਵੀਂ ਕਿਤਾਬ ਆ ਰਹੀ ਆ ਉਹਦੇ ਚ ਹੈਗੀਆਂ ਨੇ ਤੇ ਉਹਦੇ ਚ ਸਿਰਫ ਪੁਲਿਸ ਦਾ ਪੱਖ ਨਹੀਂਗਾ ਸਾਡੇ ਜਿਹੜੇ ਉਸ ਵੇਲੇ ਮੁੰਡੇ ਸੀ ਨੌਜਵਾਨ ਸੀ ਤਾਂ ਉਹਨਾਂ ਦਾ ਵੀ ਪੱਖ ਸੀ ਪੋਲੀਟੀਕਲ ਪੱਖ ਵੀ ਉਦੇ ਵਿੱਚ ਆ ਸੋ ਕਹਿਣ ਦਾ ਭਾਵ ਇਹ ਆ ਕਿ ਉਹ ਤੁਹਾਡੇ ਤਜਰਬੇ ਮੈਂ ਤੁਹਾਨੂੰ ਦੱਸ ਰਹੀ ਨਾ ਤਜਰਬੇ ਜਿਵੇਂ ਛੋਟੇ-ਛੋਟੇ ਆ ਜਿਵੇਂ ਇੱਕ ਬੜੀ ਕਹਾਣੀ ਆ ਉਦੋਂ ਮੈਂ ਖਾਲਸਾ ਕੋਲੇ ਪੜ੍ਹਦੀ ਸੀ ਤਿਤਲੀ ਉਹ ਉਥੋਂ ਇੱਕ ਕੋਈ ਇਹੋ ਜਿਹੀ ਛੋਅ ਸੀ ਇਹੋ ਜਿਹੀ ਗੱਲ ਸੀ ਜਿਹੜੀ ਮੈਨੂੰ ਸੋ ਇਹ ਇਦਾਂ ਕਰਕੇ ਕੋਈ ਮਰਡਰ ਹੋ ਗਈ ਕਹਾਣੀ ਸੀ ਹਨਾ ਤਿਤਲੀ ਤਿਤਲੀ ਹਾਂਜੀ ਹਾਂਜੀ ਤਿਤਲੀ ਮੇਰੀ ਪਹਿਲੀ ਕਹਾਣੀ ਸੀ ਉਦੋਂ ਅਜੀਤ ਚ ਛਪੀ ਸੀ ਤੁਹਾਨੂੰ ਜਿਆਦਾ ਤੁਹਾਨੂੰ ਕਿਤਾਬਾਂ ਨਾਲੋਂ ਮੇਰੇ ਨਾਲ ਤੁਹਾਡੇ ਨਾ ਜਿਹੜੇ ਤੁਹਾਡੇ ਆਰਟੀਕਲ ਉਹ ਤੇ ਅਖਬਾਰਾਂ ਚ ਰਸਾਲਿਆਂ ਚ ਛਪਦੇ ਸੀਗੇ ਉਹਨਾਂ ਨੇ ਤੁਹਾਨੂੰ ਜਿਆਦਾ ਮਕਬੂਲੀਅਤ ਮਿਲੀ ਉਹਨਾਂ ਨੂੰ ਹਾਂਜੀ ਉਹ ਫਿਰ ਕਿਉਂਕਿ ਅਖਬਾਰ ਦੇ ਵਿੱਚ ਟ੍ਰਿਬਿਊਨ ਦੇ ਵਿੱਚ ਜਾਗਰਨ ਦੇ ਵਿੱਚ ਜਾਂ ਹੋਰ ਛਾਪਦੇ ਰਹੇ ਤੇ ਉਹ ਬਹੁਤ ਲੋਕਾਂ ਤੱਕ ਉਹਨਾਂ ਦੀ ਪਹੁੰਚ ਹੁੰਦੀ ਆ ਹੁਣ ਤਾਂ ਆਪਾਂ ਮੋਬਾਈਲ ਤੇ ਜ਼ਿਆਦਾ ਹੋ ਗਏ ਨਾ ਤੇ ਅਖਬਾਰ ਘੱਟ ਪੜਦੇ ਆ ਪਰ ਉਦੋਂ ਮੈਨੂੰ ਇਨੇਕ ਫੋਨ ਆਉਂਦੇ ਹੁੰਦੇ ਸੀਗੇ ਆਰਟੀਕਲ ਪੜ੍ਹ ਕੇ ਕਈਆਂ ਨੇ ਤੇ ਆ ਇਸ ਕਰਕੇ ਫੋਟੋ ਵੇਖ ਕੇ ਹੀ ਫੋਨ ਕਰ ਲੈਣਾ ਵਿੱਚ ਗੱਲਾਂ ਮਾਰਦੀਆਂ ਪਰ ਉਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਚ ਹੁੰਦੀਆਂ ਸੀਗੀਆਂ ਛੋਟੀਆਂ-ਛੋਟੀਆਂ ਮੇਰੇ ਬਚਪਨ ਦਾ ਰੱਬ ਕਿ ਬਚ ਜਦੋਂ ਜਿਵੇਂ ਇੱਥੇ ਨਾੜਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਮੋੜੋ ਸਾਰੀ ਹੋਈ ਉਹ ਜਿਹੜਾ ਅਸਲ ਤੁਹਾਡਾ ਹੁੰਦਾ ਵਾ ਉਥੋਂ ਦੀ ਤੁਸੀਂ ਕੀ ਉਹਨੂੰ ਕਹੋਗੇ ਪਹਿਲਾ ਜਿਹੜੀ ਇਮਾਰਤ ਹੁੰਦੀ ਸੀ ਪੁਰਾਣਾ ਕਮਰਾ ਹੁੰਦਾ ਸੀ ਉਹ ਤੁਹਾਨੂੰ ਚੰਗਾ ਲੱਗਦਾ ਤਾਂ ਹੁਣ ਤਾਂ ਅਸੀਂ ਸੰਗਮਰਮਰ ਹੀ ਵੇਖਦੇ ਜਿੱਥੇ ਜਾਓ ਗੁਰਦੁਆਰੇ ਸਾਰੇ ਇੱਕੋ ਜਿਹੇ ਆ ਸੰਗਮਰਮਰ ਲੱਗੇ ਹੋਏ ਆ ਪਰ ਉਹਦੇ ਵਿੱਚ ਤੁਹਾਨੂੰ ਉਹ ਮਹਿਸੂਸ ਹੁੰਦੀ ਸੀ ਛੋ ਮਹਿਸੂਸ ਹੁੰਦੀ ਸੀ ਤਾਂ ਉਹ ਮੇਰੇ ਬਚਪਨ ਦਾ ਰਬ ਇਦਾਂ ਦਾ ਹੀ ਆ ਆਰਟੀਕਲ ਆ ਤਾਂ ਫਿਰ ਜਿਹੜੇ ਕਦੇ ਸਮੇਂ ਅਨੁਸਾਰ ਜੋ ਜੋ ਸਾਹਮਣੇ ਆਉਂਦਾ ਗਿਆ ਫਿਰ ਮੈਂ ਉਹ ਆਰਟੀਕਲ ਦੇ ਰੂਪ ਚ ਲਿਖਦੀ ਹੁੰਦੀ ਸੀ ਮੇਰੇ ਵਿਦਿਆਰਥੀਆਂ ਨਾਲ ਮੇਰੇ ਤਜਰਬੇ ਵੀ ਹੈਗੇ ਆ ਮੈਂ ਜੀ ਗੱਲ ਕਰਾਂ ਨਾ ਮੈਂ ਹੁਣ ਤੁਹਾਡੀ ਓਵਰਆਲ ਔਰਾ ਦੇਖਾਂ ਹਨ ਤਾਂ ਲੇਖਕ ਤੋਂ ਬਾਅਦ ਜਦੋਂ ਤੁਸੀਂ ਉਹਨੇ ਇਹ ਜ਼ਿੰਮੇਵਾਰੀਆਂ ਚੱਕੀਆਂ ਜਿਹੜਾ ਮੈਂ ਸਟਾਰਟਿੰਗ ਚ ਕਿਹਾ ਸੀ ਵੀ ਲੇਖਕ ਹੋਣਾ ਵੱਡੀ ਗੱਲ ਆ ਪਰ ਲੇਖਕ ਤੋਂ ਬਾਅਦ ਲੇਖਕ ਦੀਆਂ ਕਈ ਜ਼ਿੰਮੇਵਾਰੀਆਂ ਹੁੰਦੀਆਂ ਨੇ ਜਿਹੜੀਆਂ ਹੁਣ ਤੁਸੀਂ ਨਿਭਾ ਰਹੇ ਹੋ ਭਾਸ਼ਾ ਦੇ ਲਈ ਕੰਮ ਕਰ ਰਹੇ ਹੋ ਸਾਹਿਤ ਦੇ ਲਈ ਕੰਮ ਕਰ ਰਹੇ ਹੋ ਪੁਰਾਣੇ ਲੇਖਕਾਂ ਦੇ ਕਾਰਜ ਦੇ ਉੱਤੇ ਵੀ ਕੰਮ ਕਰ ਰਹੇ ਹੋ ਤੁਸੀਂ ਤਾਂ ਉਹਦੇ ਕਰਕੇ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਡਾ ਸਿਰਜਣਾ ਥੋੜੀ ਜਿਹੀ ਪਿੱਛੇ ਰਹਿ ਗਈ ਜਾਂ ਹਾਂ ਜੀ ਮੈਂ ਥੋੜਾ ਫਿਰ ਜੇ ਤਾਂ ਮੈਂ ਥੋੜਾ ਸਮਝ ਆਦੇ ਹੋਵੇ ਤਾਂ ਫਿਰ ਮੈਂ ਆਪਣੇ ਤੇ ਜਿਆਦਾ ਲਾਵਾ ਲਿਖਣ ਪੜਨ ਦਾ ਕਿਉਂਕਿ ਮੈਂ ਦੋ ਹੀ ਕੰਮ ਕਾਦੀ ਕਾਲਜ ਚੱਲੇ ਗਈ ਜਾਂ ਅਕਾਦਮੀ ਦੇ ਕੰਮ ਹੋ ਗਏ ਜਾਂ ਲਿਖ ਪੜ ਲਿਆ ਹਮ ਤੇ ਫਿਰ ਫਿਰ ਮੈਂ ਜਿਆਦਾ ਸਮਾਂ ਦੇ ਸਕਦੀ ਹਾਂ ਪਰ ਮੈਨੂੰ ਲੱਗਦਾ ਇਹ ਵੀ ਤੁਹਾਨੂੰ એનર્ਜੀ ਦਿੰਦੇ ਆ ਪਰ ਜਦੋਂ ਤੁਸੀਂ ਕਿਸੇ ਲਈ ਚੰਗਾ ਕਰ ਤੁਸੀਂ ਇੱਕ ਅਣਜਾਣ ਜੇ ਲੇਖਕ ਨੂੰ ਸਾਹਮਣੇ ਲੈ ਕੇ ਆਉਂਦੇ ਹੋ ਤੁਸੀਂ ਉਹਨੂੰ ਗੁੱਡ ਮੂਮੈਂਟਸ ਦਿੰਦੇ ਹੋ ਹੁਣ ਆਪਾਂ ਤੁਹਾਡੇ ਆਪਾਂ ਦੋਵੇਂ ਨਾਲੇ ਗੱਲ ਕਰਦੇ ਪਏ ਆ ਕਿੰਨੇ ਜਾਣੇ ਸੋਣਦੇ ਪਏ ਆ ਤਾਂ ਆਪਾਂ ਇੱਕ ਗੁੱਡ ਮੂਮੈਂਟਸ ਸ਼ੇਅਰ ਕਰ ਰਹੇ ਇਹੋ ਜਿਹੇ ਮੂਮੈਂਟਸ ਜਿਹੜੇ ਤੁਸੀਂ ਕਿਸੇ ਨੂੰ ਦਿੰਦੇ ਹੋ ਮੈਨੂੰ ਲੱਗਦਾ ਕਿ ਉਹਨੂੰ ਗੁੱਡ ਫੀਲ ਹੁੰਦਾ ਤੇ ਇਹੋ ਹੀ ਤੁਹਾਡੇ ਕਰਕੇ ਅੱਜ ਬਾਹਰ ਅਮਰੀਕਾ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚ ਪ੍ਰੋਗਰਾਮ ਹੋ ਰਹੇ ਨੇ ਸੋ ਤੁਹਾਡੇ ਕਰਕੇ ਉਹਨਾਂ ਨੂੰ ਵੀ ਇੱਕ ਗੁੱਡ ਮੂਮੈਂਟ ਮਿਲ ਰਹੀ ਹੈ ਜਿਹੜਾ ਪ੍ਰੋਗਰਾਮ ਉਹਨਾਂ ਦੇ ਹਾਂਜੀ 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 ਸਾਡੀ ਕੋਸ਼ਿਸ਼ ਆ ਜਿੱਦਾਂ ਆਸਟ੍ਰੇਲੀਆ ਹੋ ਗਿਆ ਨਾਰਵੇ ਨਿਊਜ਼ੀਲੈਂਡ ਦ ਕੈਨੇਡਾ ਇੰਗਲੈਂਡ ਇਹ ਸਾਰੇ ਜਿਹੜੇ ਜਿਹੜੇ ਕਵੀ ਬਾਹਰ ਰਹਿੰਦੇ ਨੇ ਤਾਂ ਉਹਨਾਂ ਨੇ ਕਦੇ-ਕਦਾਈਂ ਆਉਣਾ ਆਉਂਦੇ ਆ ਤਾਂ ਬਿਜ਼ੀ ਹੁੰਦੇ ਆ ਤਾ ਅਸੀਂ ਆਨਲਾਈਨ ਉਹਨਾਂ ਦੇ ਪ੍ਰੋਗਰਾਮ ਜਿਹੜੇ ਆ ਉਹ ਕਰਦੇ ਆ ਸਾਡੇ ਰਵਿੰਦਰ ਢਿੱਲੋਂ ਜੀ ਆ ਜੀ ਬੜੇ ਕਾਰਜਕਰਤਾ ਨੇ ਬੜੇ ਸੀਰੀਅਸ ਗੰਭੀਰ ਕਿਸਮ ਦੇ ਉਹ ਵੀ ਤੁਹਾਡੇ ਵੰਗਣਾ ਤੁਹਨ ਦੇ ਪੱਕੇ ਨਹੀਂ ਲੱਗੇ ਰਹਿੰਦੇ ਕਿਸ ਨਾ ਕਿਸੇ ਹਾਂ ਤਾਂ ਉਹ ਉਹਨਾਂ ਨੇ ਉਹ ਪ੍ਰੋਗਰਾਮ ਸਾਰੇ ਆਨਲਾਈਨ ਕੀਤੇ ਆ ਉਹਨਾਂ ਨਾਲ رابطہ ਕਾਇਮ ਮਤਲਬ ਦੇਖੋ ਤੁਸੀਂ ਇੱਕ ਬੰਦੇ ਨੂੰ ਆਪਣੇ ਹੀ ਦੇਸ਼ ਦੇ ਵਿੱਚ ਆਪਣੇ ਆਪਣੀ ਮਿੱਟੀ ਦੇ ਨਾਲ ਜਾਣੂ ਕਰਾ ਰਹੇ ਹੋ ਉਹ ਉਹਨਾਂ ਨਾਲ رابطہ ਜਿਹੜਾ ਵਾ ਜਿਹੜਾ ਅਸੀਂ ਅੱਜ ਕੱਲ ਮਨੁੱਖ ਜਿਹੜਾ ਮੋਬਾਈਲ ਤੇ ਲੱਗਾ ਤੇ ਸਵੈ ਤੋਂ ਤਾਂ ਟੁੱਟਿਆ ਹੀ ਆ ਦੂਜੇ ਤੋਂ ਵੀ ਟੁੱਟ ਰਹੇ ਆ ਸੋਸੀ ਉਹ ਉਸ ਨੂੰ ਜੋੜਨ ਦੀ ਕੋਸ਼ਿਸ਼ ਕੋਸ਼ਿਸ਼ ਕਰ ਰਹੇ ਹਨ ਸੇ ਦੇ ਕਵੀ ਦਰਬਾਰ ਦੇ ਵਿੱਚ ਨਾਂ ਪਾਉਣਾ ਸੀਗਾ ਤੇ ਫਲਾਣਾ ਕਵਿਤਾ ਬਹੁਤ ਸੋਹਣੀ ਲਿਖਦੀ ਆ ਫੀਮੇਲ ਦੇ ਲਈ ਤੇ ਫਿਰ ਉਹ ਦਿਖਾਉਣ ਦੇ ਲਈ ਬੈਗ ਦੇ ਵਿੱਚੋਂ ਖਰੜਾ ਵੀ ਕੱਢ ਕੇ ਵਿਖਾਇਆ ਵੀ ਹਾਂਜੀ ਆ ਵੇਖੋ ਜੀ ਨਵੀਂ ਕਵਿਤਾ ਆ ਉਹ ਬੜੀ ਸੋਹਣੀ ਲਿਖੀ ਮਨ ਲੱਗ ਕੇ ਨਹੀਂ ਕੁੜੀਆਂ ਨੂੰ ਬਚਣਾ ਚਾਹੀਦਾ ਇਹਨਾਂ ਗੱਲਾਂ ਤੋਂ ਜੇ ਤੁਸੀਂ ਸੋਨਾ ਲਿਖਦੇ ਆ ਨਾ ਤਾਂ ਉਹਨੇ ਆ ਹੀ ਜਾਣਾ ਸੋਨਰ অর ਲੈਟਰ ਆ ਜਾਣਾ ਸਾਹਮਣੇ ਆ ਜਾਣਾ ਜੇ ਉਹਦੇ ਵਿੱਚ ਕੁਝ ਹੈਗਾ दम ਹੈਗਾ ਹੈਨਾ ਨਵਾਂ ਖਿਆਲ ਆ ਢੰਗ ਤਰੀਕਾ ਤੁਹਾਨੂੰ ਆਉਂਦਾ ਲਿਖਣ ਦਾ ਵੀ ਜਿਹੜੀ ਆਲੋਚਨਾ ਹੋਈ ਆ ਆਲੋਚਨਾ ਦੇ ਵਿੱਚ ਤਾਰੀਫ ਜ਼ਿਆਦਾ ਕਰਦੇ ਨਵਿਆਂ ਦੀ ਨਵਿਆਂ ਦੀ ਖਾਸ ਕਰ ਕੁੜੀਆਂ ਦੀ ਉਹਨਾਂ ਨੂੰ ਮਿਲ ਜਾਂਦਾ ਨਾ ਪ੍ਰਿਵੀਲੇਜ ਮਿਲਦਾ ਬਿਲਕੁਲ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਾਹਿਤਿਕ ਤੰਦਾਂ ਦੇ ਵਿੱਚ ਗੱਲਾਂ ਬਾਤਾਂ ਹੋ ਰਹੀਆਂ ਸੀ ਅਲੋਚਨਾ ਦੀਆਂ ਸੋ ਤੁਸੀਂ ਤੁਸੀਂ ਵੀ ਸਾਡੀਆਂ ਗੱਲਾਂ ਸੁਣ ਲਈਆਂ ਨੇ ਮਹਿਮਾ ਅਲੋਚਨਾ ਤੁਸੀਂ ਸਟਾਰਟਿੰਗ 'ਚ ਪਹਿਲੀ ਕਿਤਾਬ ਲਿਖੀ ਸੀ ਅਲੋਚਨਾ ਦੀ ਜੀ ਉਹ ਜਦੋਂ ਮੈਂ ਪੀ ਐਚ ਡੀ ਕਰਦੀ ਸੀ ਤਾਂ ਉਦੋਂ ਸੀਗਾ ਮੇਰਾ ਥੀਸਿਸ ਸੀਗਾ ਤੇ ਉਹ ਰੂਪਾ ਕਾਰਤਿਕam ਸੀਗਾ ਤਾਂ ਉਹ ਮੇਰੀ ਜਿਹੜੀ ਪਹਿਲੀ ਕਿਤਾਬ ਉਹ ਰੂਪਾ ਕਾਰਤਿਕ ਸੀ ਤੇ ਉਹ ਕਿਤਾਬ ਜਿਹੜੀ ਆ ਹੁਣ ਜਿਹਨੇ ਬੱਚੇ ਨੈਟ ਪਾਸ ਕਰਦੇ ਆ ਤਿਆਰੀ ਕਰਦੇ ਯੋਜਸੀ ਦੀ ਉਹਨਾਂ ਲਈ ਬਹੁਤ ਹੈਲਪਫੁਲ ਆ ਲਾਇਬ੍ਰੇਰੀਆਂ ਦੇ ਵਿੱਚ ਬੜੀ ਆ ਤੇ ਫਿਰ ਜਿਹੜਾ ਮੇਰਾ ਕੰਮ ਸੀਗਾ ਉਹ ਵੀ ਬਹੁਤ ਵਧੀਆ ਸੀਗਾ ਹਰਪ੍ਰਜਨ ਸਿੰਘ ਦੀ ਕਵਿਤਾ ਦਾ ਰੂਪਾਕਾਰ ਅਧਨ ਜਿਹੜਾ ਬੜਾ ਰੇਅਰ ਆ ਮੈਂ ਦੋ ਤਿੰਨ ਪੰਜਾਬ ਦੇ ਇਹੋ ਜਿਹੇ ਨੇ ਲੇਖਕ ਜਿਨ੍ਹਾਂ ਨੇ ਇੱਥੇ ਕੰਮ ਕੀਤਾ ਸੋ ਕੰਮ ਵੀ ਚੰਗਾ ਵੈਲਿਊਏਬਲ ਆ ਜੀ ਆਪਾਂ ਸਾਹਿਤਿਕ ਖੇਤਰ ਦੀ ਗੱਲ ਕਰੀਏ ਔਰਤਾਂ ਬਾਰੇ ਔਰਤਾਂ ਲੇਖ ਔਰਤ ਲੇਖਕਾਂ ਨੇ ਜਿਹੜੀਆਂ ਹੈਗੀਆਂ ਉਹਨਾਂ ਨੂੰ ਕੋਈ ਨਾ ਕਿਤੇ ਕਿਤੇ ਸੌਫਟ ਕੋਰਨਰ ਮਿਲ ਜਾਂਦਾ ਜਾਂ ਉਹਨਾਂ ਨੂੰ ਛੇਤੀ ਪ੍ਰਸਿੱਧੀ ਮਿਲ ਜਾਂਦੀ ਆ ਹਾਂਜੀ ਥੋੜਾ ਜਿਹਾ ਵਰਕ ਤਾਂ ਪੈਂਦਾ ਪਰ ਮੈਨੂੰ ਤਾਂ ਵੈਸੇ ਕਦੇ ਮਿਲੀ ਨਹੀਂ ਕਿ ਐਕਚੁਅਲੀ ਕੀ ਹੁੰਦਾ ਅਸੀਂ ਨਾ ਅੱਜੇ ਬੜੇ ਥੋੜਛਰੇ ਬੜੀ ਛੇਤੀ ਭਾਲਦੇ ਆ ਕਿ ਅਸੀਂ ਰਾਈਜ਼ ਕਰ ਜਾਈਏ ਤਾਂ ਮੈਂ ਵੇਖਿਆ ਕਈ ਵਾਰੀ ਕਿਸੇ ਬੰਦੇ ਨੇ ਅਜੇ ਇੱਕ ਹੀ ਕਿਤਾਬ ਲਿਖੀ ਆ ਤੇ ਉਹਨੂੰ ਇਨਾਮ ਵੀ ਮਿਲ ਜਾਂਦਾ ਤੇ ਆਪਾਂ ਹੁਣ 7-8 ਕਿਤਾਬਾਂ ਕਿੰਨੀਆਂ 10 ਹੋ ਗਈਆਂ ਕਵਿਤਾ ਦੀਆਂ ਸੁਣਨੀ ਵਾਲੇ ਕੋਈ ਮੈਨੂੰ ਯਾਨਾ ਮੇਰਾ ਇਹ ਆ ਕਿ ਮੈਂ ਆ ਆਪਣੇ ਆਪ ਦੇ ਵਿੱਚ ਮਤਮੈਨ ਆ ਕਿ ਮੈਂ ਲਿਖ ਰਹੀ ਆ ਤੇ ਮੈਂ ਚੰਗਾ ਕੰਮ ਕਰ ਰਹੀ ਆ ਠੀਕ ਹੈ ਜੀ ਹੈ ਨਾ ਉਹ ਇਨਾਮ ਸਨਮਾਨ ਤੇ ਪਰਮਾਤਮਾ ਨੇ ਦੇਣੇ ਆ ਤੁਸੀਂ ਕਿਸੇ ਤੋਂ ਆਸ ਨਾ ਰੱਖੋ ਜੇ ਦਾਮਾ ਕਵਿਤਾ ਚ ਲੇਖਤ ਚ ਤਾਂ ਮਿਲੂਗਾ ਨਾਲੇ ਇਹ ਨਾਮ ਸਨਮਾਨ ਜਿਹੜੇ ਖੇਮੀਆਂ ਚ ਵੰਡੇ ਹੋਏ ਨੇ ਬਲਕਿ ਅਸੀਂ ਤਾਂ ਦਿੰਨੇ ਆ ਸਾਹਿਤ ਅਕੈਡਮੀ ਦਿੰਦੀ ਆ ਕਲਾ ਪਰਿਸ਼ਦ ਦਿੰਦੀ ਆ ਅਸੀਂ ਪਿਛੇ ਪਿਛਲੇ ਕਿੰਨੇ ਸਾਲਾਂ ਦੇ ਵਿੱਚ ਬੜੇ ਸਾਰੇ ਲੇਖਕਾਂ ਨੂੰ ਸਨਮਾਨਿਤ ਕੀਤਾ ਹੈ ਜਦੋਂ ਤੁਸੀਂ ਕਿਸੇ ਜਿਹਨੂੰ ਤੁਹਾਡੇ ਕੋਲ ਗ੍ਰੋਤਬਾ ਹੁੰਦਾ ਤੁਹਾਨੂੰ ਸ਼ੋਹਰਤ ਮਿਲਦੀ ਆ ਹਨਾ ਤਾਂ ਉਹ ਕਈ ਚੀਜ਼ਾਂ ਤੁਹਾਡੇ ਤੋਂ ਖੋਹ ਲੈਂਦੀ ਆ ਉਹ ਸ਼ੋਹਰਤ ਉਹ ਰਤਬਾ ਕੀ ਤੁਹਾਡੇ ਰਤਬੇ ਤੁਹਾਡੀ ਸ਼ੋਹਰਤ ਕਰਕੇ ਕੁਝ ਖੋਇਆ ਗਿਆ ਚਾਹੇ ਦੋਸਤੀਆਂ ਚ ਜਾਂ ਕਾਸੀ ਹੋਰ ਹਾਂਜੀ ਸਮਾਂ ਨਹੀਂ ਮਿਲਦਾ ਤਾਂ ਸੀ ਪੁਰਾਣੇ ਆਪਣੇ ਦੋਸਤਾਂ ਮਿੱਤਰਾਂ ਨੂੰ ਮਿਲੋ ਜਾਂ ਆਪਣੇ ਆਪ ਨਾਲ ਜਾਂ ਕੁਦਰਤ ਦੇ ਨੇੜੇ ਮੈਨੂੰ ਜਾਣਾ ਬੜਾ ਚੰਗਾ ਲੱਗਦਾ ਮੈਨੂੰ ਹੁੰਦਾ ਕਿ ਬਸ ਇੱਕ ਸੋਨਾ ਜਿਹਾ ਕੋਈ ਪਹਾੜ ਹੋਵੇ ਮੇਰਾ ਸਵਾਲ ਮੈਂ ਹੁਣ ਹੋਰ ਤਰੀਕੇ ਨਾਲ ਪੁੱਛਦਾ ਕੀ ਤੁਹਾਡੇ ਮਤਲਬ ਜਿਹੜੇ ਸਾਹਿਤਿਕ ਖੇਤਰ ਚ ਦੋਸਤ ਸੀਗੇ ਉਹਨਾਂ ਦੇ ਉਹ ਰਿਸ਼ਤੇਾਂ ਚ ਵੀ ਤਾਂ ਲਖੀਆਂ ਆ ਗਈਆਂ ਨੇ ਨਹੀਂ ਸਾਹਿਤਕ ਖੇਤਰ ਚ ਕੋਈ ਐਦਾਂ ਦੀਆਂ ਨਈਆਂ ਸਾਰਿਆਂ ਨਾਲ ਵਿਵਹਾਰਕ ਜਿਹੇ ਰਿਸ਼ਤੇ ਆ ਇੱਕੋ ਜਿਹਾ ਇੱਕੋ ਅੱਖ ਨਾਲ ਵੇਖਦੇ ਹਾਂ ਸਾਰਿਆਂ ਨੂੰ ਆ ਜਿਹੜਾ ਕੋਈ ਕੰਮ ਦਾ ਆਪਾਂ ਜਿਨ੍ਹਾਂ ਦੇ ਦਾਲ ਕੰਮ ਕਰਦੇ ਉਹਨਾਂ ਨਾਲ ਨੇੜਤਾ ਹੁੰਦੀ ਆ ਜਿਹੜੇ ਥੋੜਾ ਪਰ ਮੈਨੂੰ ਲੱਗਦਾ ਕਿ ਜਿਹੜੇ ਲੇਖਕ ਨੇ ਜਾਂ ਮੈਨੂੰ ਲੱਗਦਾ ਆਮ ਇਨਸਾਨ ਦੇ ਲਈ ਹੀ ਮਨ ਦੇ ਵਿੱਚ ਚੰਗੇ ਭਾਵ ਹੁੰਦੇ ਆ ਸੋ ਮੈਨੂੰ ਇੱਕ ਮਨੋਖਾ ਕਿਹੋ ਜਿਹਾ ਵੀ ਉਹ ਚੰਗਾ ਮਾੜਾ ਮੈਂ ਕਦੇ ਉਹਦੇ ਲਈ ਮਾੜਾ ਨਹੀਂ ਸੋਚ ਸਕਦੀ ਨਹੀਂ ਕਰਾਂ ਨਹੀਂ ਕਰ ਸਕਦੀ ਸੋ ਮੈਨੂੰ ਸਾਰੇ ਹੀ ਵਧੀਆ ਲੱਗਦੇ ਆ ਕੋਈ ਐ ਨਹੀਂਗਾ ਮੈਂ ਕਹਿੰਦੀ ਹੁਣ ਇਹ ਵੀ ਖਾਮੀਆਂ ਕਿ ਵੇਖਣੀ ਆ ਉਹਦੀਆਂ ਖੂਬੀਆਂ ਵੇਖ ਲੋ ਇਹ ਤਾਂ ਤੁਹਾਡੀ ਨਿਗਾਹ ਹੀ ਆ ਨਾ ਕਮੀਆਂ ਨਾਲ ਲੱਭੋ ਜੇ ਆਪਾਂ ਇਹਦੀ ਗੱਲ ਕਰੀਏ ਨਾ ਜਦੋਂ ਕਈ ਵਾਰੀ ਕਿਸੇ ਦੀ ਬਰਾਬਰੀ ਨਹੀਂ ਹੁੰਦੀ ਚਾਹੇ ਲਿਖਣ ਦੇ ਕਾਰਜ ਚ ਹੋਵੇ ਚਾਹੇ ਕੋਈ ਹੋਰ ਕਾਰਜ ਜਿਹੜਾ ਕਰ ਰਿਹਾ ਹੋਵੇ ਤਾਂ ਉਹਦੇ ਤੇ ਨਾ ਚਿੱਕੜ ਉਛਾਲਣ ਲੱਗ ਜਾਂਦੇ ਨੇ ਉਹਨੂੰ ਮਤਲਬ ਵੀ ਕਰੈਕਟਰ ਦੇ ਉੱਪਰ ਵੀ ਜਾਂ ਸਵਾਲ ਚੁੱਕ ਦੇਣੀ ਹੈ ਨਾ ਤਾਂ ਉਹਨੂੰ ਕਿਵੇਂ ਵੇਖਦੇ ਨੇ ਤੁਸੀਂ ਇਹ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਮੈਨੂੰ ਲੱਗਦਾ ਸੀਮਤ ਜਿਹੜੇ ਦਾਇਰੇ ਚ ਰਹਿੰਦੇ ਉਹਨਾਂ ਨੂੰ ਪ੍ਰਭਾਵਿਤ ਕਰਦੀਆਂ ਮੈਂ ਇਹ ਚੀਜ਼ਾਂ ਬੜੀਆਂ ਛੋਟੀਆਂ ਨੇ ਮਾਈਨਰ ਨੇ ਤੁਸੀਂ ਕਿਸੇ ਕਿਸੇ ਬਾਰੇ ਮਾੜਾ ਬੋਲੋਗੇ ਜੇ ਮੈਂ ਸੁਣਿਆ ਹੀ ਨਹੀਂ ਮੈਂ ਉਹਨੂੰ ਅਸੈਪਟ ਹੀ ਨਹੀਂ ਕੀਤਾ ਤਾਂ ਉਹ ਤੁਹਾਡਾ ਹੋ ਗਿਆ ਤੁਸੀਂ ਠੀਕ ਹੈ ਮੈਨੂੰ ਇਹਨਾਂ ਪਤਾ ਹੁੰਦਾ ਕਿ ਮੈਂ ਕੰਮ ਕਰ ਰਹੀ ਹਾਂ ਮੈਂ ਆਪਣੇ ਆਪ ਨੂੰ ਅਨਸਰੇਬਲ ਹਾਂ ਮੈਂ ਠੀਕਾਂ ਕਰ ਰਹੀ ਹਾਂ ਹੈਨਾ ਤਾਂ ਠੀਕ ਆ ਜਿਹੜਾ ਕੋਈ ਚਿੱਕੜ ਸੁੱਟਦਾ ਉਹ ਛਿੱਟੇ ਉਹਦੇ ਤੇ ਵੀ ਪੈਣਗੇ ਪਰ ਵੈਸੇ ਕਦੇ ਮੈਨੂੰ ਸੁਣਿਆ ਨਹੀਂ ਮੈਂ ਕਦੇ ਕਿ ਕੋਈ ਇਦਾਂ ਦੀ ਗੱਲ ਹੋਈ ਹੋਵੇ ਠੀਕ ਹੈ ਵਿਰੋਧ ਤਾਂ ਕਰਦੇ ਹੁੰਦੇ ਆ ਲੋਕ ਇੱਕ ਹੋਰ ਸਵਾਲ ਹੈ ਮੈਂ ਨਾ ਜਿਵੇਂ ਸਾਹਿਤ ਖੇਤਰ ਦੇ ਵਿੱਚ ਨਾ ਖਿਆਰ ਜਦੋਂ ਕੋਈ ਵੀ ਰਾਈਟਰ ਆ ਉਹਦੇ ਨਾਲ ਕੰਮ ਨੂੰ ਨਾ ਸੀਮਤ ਜਾਂ ਕਰ ਦਿੰਦੇ ਨੇ ਮੰਨ ਲਾ ਤੁਸੀਂ ਲਿਖਦੇ ਹੋ ਜੀ ਇਹ ਤਾਂ ਖੁੱਲੀ ਕਵਿਤਾ ਲਿਖਦੀ ਆ ਤੁਸੀਂ ਕਹਾਣੀਆਂ ਵੀ ਲਿਖੀਆਂ ਨੇ ਅੱਛਾ ਜੀ ਉਹ ਸਾਹਿਤਕਾਰ ਆ ਇਹ ਤਾਂ ਬਾਲ ਸਾਹਿਤਕਾਰ ਹਨ ਜਿਹੜੂdoctype ਬਾਲ ਸਾਹਿਤਕਾਰ ਦੀਆਂ ਲਿਖਤੀਆਂ ਤਾਂ ਉਹ ਕਿਤਨੇਗੇ ਤੁਹਾਡੇ ਕੰਮ ਨੂੰ ਸੀਮਤ ਕਰ ਦਿੰਦੇ ਨੇ ਇਹ ਤੇ ਹੈਗਾ ਹੀ ਆ ਦੇਖੋ ਸੀਮਤ ਤੁਸੀਂ ਤੁਸੀਂ ਆਲੋਚਨਾ ਜਗਤ ਚ ਵੇਖ ਲਓ ਤੁਸੀਂ ਜੇ ਸੌਦੇ ਤੇ ਬੈਠੇ ਹੋ ਨਿਊਟਰਲ ਹੋ ਕੇ ਤੁਸੀਂ ਕੰਮ ਕਰਦੇ ਹੋ ਮਤਲਬ ਮੈਂ ਆ ਤੇ ਮੇਰੀ ਕੋਸ਼ਿਸ਼ ਹੁੰਦੀ ਆ ਇਹੋੀ ਵੀ ਜੇ ਮੈਂ ਬੱਚੇ ਆ ਤਾਂ ਬੱਚਿਆਂ ਨਾਲ ਵੀ ਇਨਸਾਫ ਕਰਾਂ ਘਰ ਨਾਲ ਵੀ ਕਰਾਂ ਤੇ ਜਿੱਥੇ ਮੇਰਾ ਫਰਜ਼ ਆ ਮੈਂ ਉੱਥੇ ਵੀ ਕਰਾਂ ਪਰ ਆਪਣੇ ਆਪ ਨੂੰ ਪੁੱਛ ਕੇ ਵੇਖਣਾ ਚਾਹੀਦਾ ਅਸੀਂ ਆਲੋਚਕਾਂ ਨੂੰ ਬਹੁਤ ਜਿਵੇਂ ਆ ਮੇਰੀ ਇੱਥੇ ਇੱਕ ਹੋਣੀ ਆ ਮੈਂ ਤੁਹਾਨੂੰ ਇਹਦੇ ਚ ਹੀ ਦੱਸ ਦਿੰਨੀ ਆ ਗੁਲਾਮ ਸੋਚਾਂ ਜ਼ਖਮੀ ਹਿਰਦੇ ਸਵੈ ਦੀ ਪ੍ਰਸਤਿਸ਼ ਇੱਕ ਦੂਜੇ ਦੇ ਪੈਰੀ ਪੈਂਦੀ ਭੀੜ ਖੁਸ਼ਾਮ ਦਾ ਬੇਗਾਨਗੀਆਂ ਬੁੱਧੀ ਹੀਣਤਾ ਸ਼ੌਹਰਤਾ ਮਾਰੀ ਸਤਹੀ ਵਿਦਵਤਾ ਮੈਂ ਇਹਨੂੰ ਸਤਹੀ ਵਿਦਵਤਾ ਕਹਿੰਦੀ ਆ ਰੱਖੋ ਆਪਣੇ ਇਨਾਮ ਸਨਮਾਨ ਆਲੋਚਨਾ ਦੇ ਅਭਾਸੀ ਮੁਖੌਟੇ ਮੈਨੂੰ ਮੇਰੀ ਕਵਿਤਾ ਤੇ ਵਿਸ਼ਵਾਸ ਮਕੜੀਆਂ ਦੇ ਜਾਲ ਮਛੇਰੇ ਦੀ ਕੁੰਡੀ ਲਾਹੌਰੀ ਤਾਲੇ ਤੁਹਾਨੂੰ ਮੁਬਾਰਕ ਕਵਿਤਾ ਦੀ ਸ਼ਤਰਾਂਜ ਦੀ ਮੈਂ ਹੀ ਰਾਜਾ ਮੈਂ ਹੀ ਰਾਣੀ ਚੇਤਨਾ ਦੀਆਂ ਲਹਿਰਾਂ ਸੰਗ ਖੁਦ ਨੂੰ ਜਚਾ ਮੈਂ ਅਖੌਤੀ ਬੁੱਧੀ ਜੀਵੀਆਂ ਨੂੰ ਵਧਾਵਾ ਲਿਖਕਤਿਆ ਮੇਰੇ ਅੰਦਰ ਹਰਿਆਉ ਦਾ ਵਾਸ ਕੁਦਰਤ ਨਾਲ ਸੰਵਾਦ ਤੇ ਹੈ ਹੀ ਮੈਨੂੰ ਬ੍ਰਹਮੰਡ ਤੀਕ ਪਹੁੰਚਣ ਦਾ ਵਿਸ਼ਵਾਸ ਸੁਪਨਿਆਂ ਦੇ ਬਿਰਖ ਤੇ ਆਨੰਦ ਦੇ ਪੰਛੀਆਂ ਨੂੰ ਹੁਣ ਮੈਂ ਚੋਗ ਚੁਗਾ ਰਹੀ ਸੋ ਮੈਨੂੰ ਇਹ ਲੱਗਦਾ ਕਿ ਇਹ ਸਾਰੀਆਂ ਚੀਜ਼ਾਂ ਸਤੈਈ ਨੇ ਤੁਸ ਤੁਹਾਡੇ ਬਾਰੇ ਨਹੀਂ ਕੋਈ ਚੰਗਾ ਲਿਖਦਾ ਹਾਂ ਹਾਂ ਮਤਲਬ ਛੋਟੀਆਂ ਚੀਜ਼ਾਂ ਨੇ ਤੁਸੀਂ ਪਰ ਮੈਂ ਕਹਿੰਦੀ ਆ ਕਿ ਜੇ ਅਲੋਚਕ ਆ ਉਹਦੀ ਮੂਰੇ ਕਿਤਾਬ ਹੋਈ ਮੈਂ ਵੇਖਿਆ ਇਦਾਂ ਦੇ ਲੋਕ ਉਹ ਤੁਹਾਡੇ ਨੇੜੇ ਵੀ ਹੋਣਗੇ ਤੁਹਾਡੇ ਨਾਲ ਮਿਲਣਗੇ ਵੀ ਪਰ ਉਹ ਤੁਹਾਡੀ ਕਵਿਤਾ ਜਾਂ ਕਹਾਣੀ ਬਾਰੇ ਗੱਲ ਨਹੀਂ ਕਰਨਗੇ ਉੱਥੇ ਉਹ ਸੀਮਿਤ ਦਾਇਰਿਆਂ 'ਚ ਵੱਜ ਜਾਂਦੇ ਆ ਤਾਂ ਉਹਦੇ ਨਾਲ ਕੀ ਹੁੰਦਾ ਕਿ ਅਲੋਚਕ ਦੀ ਵੀ ਪੈਂਠ ਖਰਾਬ ਹੁੰਦੀ ਆ ਜੀ ਜੋ ਨਵਾਂ ਆਇਆ ਲੋਚਕ ਨੇ ਉਹਦੇ ਬਾਰੇ ਗੱਲ ਕਰਨੀ ਬਹੁਤ ਘੱਟ ਨੇ ਜਿਹੜੇ ਇਦਾਂ ਮਤਲਬ ਕਹਿ ਲੋ ਕਿ ਸਹੀ ਗੱਲ ਕਰ ਸਕਦੇ ਆ ਵੀ ਚੰਗੇ ਨੂੰ ਚੰਗਾ ਕਹਿਣਾ ਮਾੜੇ ਨੂੰ ਮਾੜਾ ਕਹਿਣਾ ਤੁਸੀਂ ਚੰਗੇ ਨੂੰ ਚੰਗਾ ਮਾੜੇ ਨੂੰ ਮਾੜਾ ਕਹਿੰਦੇ ਹੋ ਬਿਲਕੁਲ ਕਹਿੰਦੇ ਮੈਂ ਮੂੰਹ ਤੇ ਕਹਿੰਦੀ ਆ ਚਾਹੇ ਮੈਨੂੰ ਬੁਰਸਾ ਹੀ ਲੱਗੇ ਅਗਲੇ ਨੂੰ ਲੱਗਦਾ ਲੱਗੇ ਚਾਹੇ ਗਲਤ ਕਿਉਂ ਮਤਲਬ ਤੁਸੀਂ ਨਾ ਗਲਤ ਕਹੋ ਤੇ ਨਾ ਗਲਤ ਸੁਣੋ ਠੀਕ ਹੈ ਨਾ ਲੱਗਦਾ ਪਰ ਉਹ ਥੋੜਾ ਚਿਰ ਹੋਊਗਾ ਪਰ ਉਹਨੂੰ ਇਹ ਪਤਾ ਹੋਊਗਾ ਕਿ ਇਹ ਮੇਰਾ ਭਲਾ ਚਾਹੁੰਦੀ ਆ ਸਾਹਿਤਿਕ ਖੇਤਰ 'ਚ ਦੋਸਤੀਆਂ ਬੀ ਪਗਾਈਆਂ ਜਾਂਦੀਆਂ ਤੁਸੀਂ ਕਦੇ ਦੋਸਤੀ ਪਗਾਈ ਆ ਦੋਸਤੀਆਂ ਤੇ ਨਹੀਂ ਪਰ ਮੈਂ ਏਦਾਂ ਕਦੇ ਮੌਕਾ ਹੀ ਨਹੀਂ ਆਇਆ ਵੀ ਮੈਂ ਕਿਸੇ ਨੂੰ ਇਨਾਮ ਦੇਣਾ ਤੇ ਕਿਸੇ ਆਪਣੇ ਨੂੰ ਕਰਦਾ ਮੈਂ ਤਾਂ ਕਹਿਣੀ ਹਣੀ ਕਿ ਸਭ ਦਾ ਜਦੋਂ ਅਸੀਂ ਜੇ ਥਾਂ ਤੇ ਬੈਠੇ ਹਾਂ ਜੇ ਸਵਾਦੇ ਤੇ ਆ ਮੈਂ ਤਾਂ ਮੈਂ ਕੱਲੀ ਆਪਣੇ ਨੇੜੇ ਜਾਂ ਆਪਣੇ ਲਈ ਜਾਂ ਆਪਣੇ ਗਰੁੱਪ ਲਈ ਨਹੀਂ ਆ ਜਿਹੜੇ ਮੇਰੇ ਬਹੁਤ ਨੇੜੇ ਨੇ ਮੈਂ ਸਾਰਿਆਂ ਲਈ ਆ ਪੰਜਾਬ ਸਾਹਿਤ ਅਕਾਦਮੀ ਸਾਰਿਆਂ ਨੂੰ ਰਿਪਰੈਜ਼ੈਂਟ ਕਰਦੀ ਆ ਦੇਸ਼ ਵਿਦੇਸ਼ ਜਿੱਥੇ ਵੀ ਪੰਜਾਬੀ ਬੈਠੇ ਆ ਤਾਂ ਇਸ ਕਰਕੇ ਮੇਰਾ ਇੱਕੋ ਹੀ ਆ ਕਿ ਮੈਂ ਸਾਰਿਆਂ ਲਈ ਕੰਮ ਕਰਾਂ ਕਿਹੜੇ ਜਿਹੜੇ ਨਹੀਂ ਆ ਛੋਟੇ ਆ ਬੱਚੇ ਆ ਨੌਜਵਾਨ ਆ ਜਾਂ ਬਡੇਰੇ ਆ ਉਹਨਾਂ ਦਾ ਸਤਿਕਾਰ ਛੋਟਿਆਂ ਨੂੰ ਸਹਾਰਾ ਦੇਣਾ ਜਾਚ ਸਿਖਾਉਣੀ ਨੌਜਵਾਨਾਂ ਨੂੰ ਪਛਾਣ ਦੇਣੀ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਕੇ ਫਿਰ ਉਹ ਤਾਂ ਬਣਦੀਆਂ ਸਰਬਜੀਤਾਂ ਬਣਦੀ ਤੁਸੀਂ ਪੁੱਛਿਆ ਸੀ ਨਾ ਹਾਂ ਉੱਥੇ ਜਾ ਕੇ ਸਰਬਜੀਤਾਂ ਬਣਦੀਆਂ ਸੋ ਇੱਕ ਗੱਲ ਹੋਰ ਹੈ ਸਰਬਜੀਤ ਕਹਿੰਦੇ ਉਹ ਬਰਖਿ ਖਿਲਾਫ ਬਜ਼ਾਤੇ ਖੁਦ ਤੁਹਾਡੇ ਬਾਰੇ ਇਹ ਦੇਸ ਰਾਜ ਕਾਲੀ ਜੀ ਨੇ ਜਿਹੜੀ ਕਿਤਾਬ ਤੁਹਾਡੀ ਇਹ ਛਾਪੀ ਆ ਜੀ ਤੁਸੀਂ ਤੁਹਾਡੀ ਕਵਿਤਾ ਦੇ ਵਿੱਚ ਤੁਸੀਂ ਖੁਦ ਦੇ ਵੀ ਖਿਲਾਫ ਹੁੰਦੇ ਹੋ ਹਾਂ ਜੀ ਕਈ ਵਾਰੀ ਜਿਵੇਂ ਹੁਣ ਮੰਨ ਲਓ ਅਸੀਂ ਕੁਝ ਚੀਜ਼ਾਂ ਚਾਹ ਕੇ ਵੀ ਉਹਨਾਂ ਤੋਂ ਲੰਬੇ ਨਹੀਂ ਹੋ ਸਕਦੇ ਤੁਹਾਡੇ ਮਨ ਦੇ ਵਿੱਚ ਅਚੇਤ ਕਿਤੇ ਨਾ ਕਿਤੇ ਪਈਆਂ ਰਹਿੰਦੀਆਂ ਜਿਵੇਂ ਹੁਣ ਮੰਨ ਲਓ ਕਵਿਤਰੀ ਆ ਮੈਂ ਉਹ ਲਿਖਿਆ ਸੀ ਜਿਹੜੀ ਕਾਲੀ ਜੀ ਨੂੰ ਬੜੀ ਚੰਗੀ ਲੱਗੀ ਸੀ ਕੀ ਹੈਗਾ ਆ ਕਣਕ ਦੇ ਨਾਲ ਘੋੜ ਵਾਂਗ ਪਿਸਦੀ ਵੀ ਮੈਂ ਆ ਮੈਂ ਕਣਕ ਦੇ ਨਾਲ ਜਿਵੇਂ ਘੋਣ ਪਿਸਦਾ ਉਵੇਂ ਕਣਕ ਦੇ ਨਾਲ ਮੈਂ ਵੀ ਪਿਸ ਰਹੀ ਆ ਤਾਂ ਉਹ ਕਹਿਣ ਦਾ ਭਾਵੇਂ ਆ ਕਿ ਸਮਾਜ ਆ ਸਮਾਜ ਦੇ ਵਿੱਚ ਤੁਸੀਂ ਆਪਣੇ ਖਿਲਾਫ ਵੀ ਹੋ ਜਾਂਦੇ ਹੋ ਕਿਉਂਕਿ ਅਸੀਂ ਉਸ ਤਰ੍ਹਾਂ ਨਾਲ ਦੂਜਿਆਂ ਨੂੰ ਇਨਸਾਫ ਕਹੀ ਥਾਂ ਮਤੇ ਨਹੀਂ ਦੇ ਪਾਉਂਦੇ ਯਾ ਅਸੀਂ ਉਹਨਾਂ ਦੇ ਹੱਕ ਦੀ ਆਵਾਜ਼ ਉਸ ਤਰ੍ਹਾਂ ਬੁਲੰਦ ਨਹੀਂ ਕਰ ਸਕਦੇ ਮੇਰਾ ਚਿਤਕਾਰਦਾ ਵੀ ਮੈਂ ਉੱਥੇ ਜਾਵਾਂ ਪਹਿਲਵਾਨ ਕੁੜੀਆਂ ਦੀ ਆਵਾਜ਼ ਸਾਰੇ ਥਾਂ ਤੇ ਪਹੁੰਚਾਵਾਂ ਬਣਾ ਮੈਂ ਉਹਨਾਂ ਦੇ ਕੋਲੇ ਜਾਵਾਂ ਪਰ ਮੈਂ ਨਹੀਂ ਕਰ ਸਕਦੇ ਤਾਂ ਉਸ ਵੇਲੇ ਮੈਂ ਆਪਣੇ ਬਰ ਖਿਲਾਫ ਆ ਕਿ ਮੇਰ ਨੂੰ ਕਰਨਾ ਚਾਹੀਦਾ ਸੀ ਪਰ ਮੈਂ ਨਹੀਂ ਕੀਤਾ ਜਾਂ ਮੈਥੋਂ ਨਹੀਂ ਹੋਇਆ ਜਾਂ ਮੇਰੇ ਚ ਉਹ ਨਹੀਂ ਹੈ ਪਰ ਮੈਂ ਉਹਨਾਂ ਲਈ ਕਵਿਤਾ ਲਿਖ ਸਕਦੀ ਆ ਮੈਂ ਉਹਨਾਂ ਲਈ ਹਾ ਦਾ ਨਾਰਾ ਮਾਰ ਸਕਦੀ ਆ ਮੈਂ ਫੇਸਬੁੱਕ ਤੇ ਪਾ ਸਕਦੀ ਆ ਕਿ ਮੈਂ ਆਪਣੀ ਜਿਹੜੀ ਅੰਦਰੂਨੀ ਭਾਵ ਨੇ ਮਤਲਬ ਕਹਿ ਲੋ ਕਿ ਉਹਨਾਂ ਨੂੰ ਅਸੀਂ ਉਹ એનર્ਜੀ ਉਹ ਬੂਸਟ ਉਹ ਦੇ ਸਕਦੇ ਆ ਬਹੁਤ ਵਧੀਆ ਗੱਲਾਂ ਕਰੀਆਂ ਤੁਹਾਡੇ ਨਾਲ ਮੈਮ ਇੱਕ ਜਾਂਦੇ ਜਾਂਦੇ ਆਖਰੀ ਕੀ ਨਵੀਂ ਪੀੜੀ ਨੂੰ ਬਾਹਰ ਵੱਸਦੇ ਪੰਜਾਬੀਆਂ ਨੂੰ ਉਹਨਾਂ ਦੇ ਨਿੱਕੇ ਨਿਆਣਿਆਂ ਨੂੰ ਕੀ ਸੁਨੇਹਾ ਦੇਵੋਗੇ ਆ ਦੇਖੋ ਪੰਜਾਬ ਜਿਹੜਾ ਅਸੀਂ ਬੜੇ ਖੁਸ਼ ਨਸੀਬਾਂ ਕਿ ਪੰਜਾਬ ਦੀ ਧਰਤੀ ਤੇ ਜੰਮੇ ਆ ਪੈਦਾ ਹੋਏ ਆ ਔਰ ਬਹਾਦਰ ਕੌਮ ਆ ਤੇ ਸਭ ਤੋਂ ਵੱਡੇ ਗੁਰੂਆਂ ਦੇ ਵਰਸਾਏ ਆ ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਇਸ ਵੇਲੇ ਇਹੋ ਜੇ ਸਾਡੇ ਕੋਲੇ ਚਿੰਤਨ ਪਿਆ ਗਿਆਨ ਪਿਆ ਜਿਹਦੇ ਨਾਲ ਅਸੀਂ ਰਹਿੰਦੀ ਉਮਰ ਤੱਕ ਪੰਜਾਬੀ ਦਾ ਨਾਮ ਵੀ ਰਹੂਗਾ ਸੋ ਜਿੱਥੇ ਵੀ ਅਸੀਂ ਹੋਈਏ ਪੰਜਾਬੀਆਂ ਦੀ ਆਪਣੀ ਪਹਿਚਾਨ ਜਿਹੜੀ ਆ ਉਹ ਜ਼ਰੂਰ ਜੇ ਸਾਡੇ ਬੱਚੇ ਕੈਨੇਡਾ ਚ ਨੇ ਜਾਂ ਇੰਗਲੈਂਡ ਦੇ ਵਿੱਚ ਨੇ ਤਾਂ ਅਸੀਂ ਉਹਨਾਂ ਦਾ ਜਿਹੜਾ ਉਹ ਪਰੰਪਰਾ ਸੀ ਸਾਡੀ ਲੰਗਰ ਪੰਗਤ ਆਲੀ ਜਾਂ ਦੂਜੇ ਦੀ ਮਦਦ ਕਰਨ ਵਾਲੀ ਉਹ ਜ਼ਰੂਰ ਕਰੀਏ ਤੇ ਉਹੀ ਸਾਨੂੰ ਜਿਹੜੀ ਆ ਸਾਡੀ ਇਸ ਧਰਤੀ ਦੇ ਉੱਤੇ ਸਾਡੀ ਪਛਾਣ ਆ ਤੇ ਜਿਵੇਂ ਹੁਣ ਕਿਸਾਨ ਅੰਦੋਲਨ ਚ ਪਤਾ ਲੱਗਾ ਵੀ ਕਿਸਾਨ ਕੌਣ ਹੁੰਦੇ ਨੇ ਆਪਾਂ ਅੱਗੇ ਹੋ ਕੇ ਲੜੇ ਆ ਆਪਾਂ ਅੱਗੇ ਹੋ ਕੇ ਸਾਰਾ ਕੁਝ ਕੀਤਾ ਹੈ ਨਾ ਸੋ ਉਹ ਜਿਹੜੀ ਆ ਮੈਂ ਕਹਿੰਨੀ ਆ ਕਿ ਚੰਗਾ ਲਿਖੋ ਚੰਗਾ ਪੜੋ ਤੇ ਸੀਮਤ ਦਾਰਿਆਂ ਚੋਂ ਉੱਪਰ ਉੱਠ ਕੇ ਅੱਗੇ ਆਪਾਂ ਸਾਰੇ ਇਕੱਠੇ ਹੱਥ ਫੜ ਕੇ ਅੱਗੇ ਵੱਧ ਸਕਦੇ ਆ ਸੋ ਇਹੀ ਮੇਰਾ ਹੈਗਾ ਕਿ ਅਸੀਂ ਭਾਵੇਂ ਕਿਤੇ ਵੀ ਬਸੀਏ ਹੁਣ ਤੇ ਕੋਈ ਅਮਰੀਕਾ ਵੀ ਆਪਣਾ ਹੀ ਆ ਤੇ ਕੈਨੇਡਾ ਵੀ ਆਪਣਾ ਆਸਟ੍ਰੇਲੀਆ ਵੀ ਆਪਣਾ ਸਾਰੀਆਂ ਥਾਵਾਂ ਤੇ ਆਪਣੇ ਭੈਣ ਭਰਾ ਨੇ ਤਾਂ ਉਹ ਸਾਰੇ ਜਿਹੜੇ ਆ ਜਦੋਂ ਵੀ ਪੰਜਾਬ ਆਉ ਉਹ ਪੰਜਾਬ ਸਾਹਿਤ ਅਕੈਡਮੀ ਸਾਡੇ ਨਾਲ ਤਾਲਮੇਲ ਕਰੋ ਅਸੀਂ ਮਿਲੀਏ ਤੇ ਅਸੀਂ ਜਾਂ ਭਾਵੇਂ ਔਨਲਾਈਨ ਜਾਂ ਆਫਲਾਈਨ ਸਾਰੇ ਜਿਹੜੇ ਆ ਲੇਖਕਾਂ ਦੇ ਪ੍ਰੋਗਰਾਮ ਕਰ ਸਕੀਏ ਬਿਲਕੁਲ ਜੀ ਮੈਮ ਤੁਸੀਂ ਸਾਡੇ ਵਿਹੜੇ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਆਸ ਕਰਦੇ ਹਾਂ ਕਿ ਤੁਸੀਂ ਜਿੰਮੇ ਜ਼ਿੰਮੇਵਾਰੀਆਂ ਚੱਕੀਆਂ ਹੋਈਆਂ ਨੇ ਨਿਭਾ ਰਹੇ ਹੋ ਸੋ ਅ ਅੱਜ ਦੇ ਲਈ ਇੰਨਾ ਹੀ ਅ ਪ੍ਰੋਗਰਾਮ ਕਿਵੇਂ ਲੱਗਿਆ ਤੁਸੀਂ ਸਾਨੂੰ info@justbroadcasting.com ਤੇ ਲਿਖ ਕੇ ਭੇਜ ਸਕਦੇ ਹੋ ਬਾਕੀ ਸਾਇਤ ਅਕੈਡਮੀ ਲਈ ਜੇ ਕੋਈ ਸੁਝਾਅ ਹੋਇਆ ਉਹ ਵੀ ਸਾਨੂੰ ਤੁਸੀਂ ਦੱਸ ਸਕਦੇ ਹੋ ਸੋ ਅ ਤੁਸੀਂ ਆਪਣਾ ਰੱਖੋ ਖਿਆਲ ਜੁੜੇ ਰਹੋ ਜਸ ਪੰਜਾਬੀ ਦੇ ਨਾਲ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ